ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੇ ਸਮੂਹ ਵੀਰ ਭੈਣਾਂ ਬਜ਼ੁਰਗ ਮਾਤਾਵਾਂ ਰਸਨਾ ਪਵਿੱਤਰ ਕਰੀਏ, ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਧਰ ਆ ਜਾਓ, ਅੱਗੇ ਆ ਜਾਓ, ਆ ਜਾਓ, ਅੱਗੇ ਆ ਜਾਓ। ਫਿਰ ਜਦੋਂ ਅੱਖ ਚੱਖ ਪੈ ਕੇ ਗੱਲ ਹੁੰਦੀ ਹੈ ਨਾ, ਫਿਰ ਜਿਹੜਾ ਵਧੀਆ ਲੱਗਦਾ। ਬਾਬਾ ਜੀ ਸਾਨੂੰ ਨਾ ਅੱਗੇ ਆ ਜਾਓ, ਕੋਈ ਗੱਲ ਨਹੀਂ, ਮੈਂ ਕੁਛ ਨਹੀਂ ਕਹਿੰਦਾ ਹੈਗਾ ਤੁਹਾਨੂੰ। ਬਾਦਲ ਡਰਦਾ ਜ਼ਿਆਦਾ, ਉਹਨੂੰ ਜ਼ਿਆਦਾ ਖਤਰਾ ਹੁੰਦਾ ਜਿਹੜੀ ਵੀ ਗੱਲਬਾਤ ਮੈਂ ਕਰਦਾ। ਇੱਕ ਆਵਾਜ਼ ਬੇਸ ਜ਼ਿਆਦਾ ਘਟਾ ਲਓ ਜੀ। ਹੈਲੋ 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 ਹੈਲੋ, ਬੇਸ ਘਟਾ ਲਓ। ਬੇਸ ਵੈਸੇ ਹੀ ਵਾਹਿਗੁਰੂ ਨੇ ਆਪੇ ਕੀਤਾ ਹੈ। ਆਪਾਂ ਜਿਹੜੀ ਅੱਜ ਇੱਥੇ ਗੱਲਬਾਤ ਕਰਨੀ ਹੈ ਨਾ, ਇੱਕ ਜਿਵੇਂ ਕਲਾਸ ਹੁੰਦੀ ਹੈ, ਵੈਸੇ ਤਾਂ ਗੁਰੂ ਘਰ ਸਾਡੇ ਗੁਰੂ ਸਾਹਿਬ ਨੇ ਘਰ ਘਰ ਅੰਦਰ ਧਰਮ ਸਾਹਿਬ, ਉਹ ਇਸ ਤਰੀਕੇ ਨਾਲ ਉਹਨਾਂ ਨੇ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਇਹਦੀ ਪਰਿਭਾਸ਼ਾ ਵੀ ਦਿੱਤੀ ਹੈ ਵੀ ਇਹ ਪੂਜਾ ਦਾ ਸਥਾਨ ਨਹੀਂ ਹੈ, ਇਹ ਸਾਡੇ ਲਈ ਇੱਕ ਕਲਾਸਰੂਮ ਹੈ ਜਿੱਥੋਂ ਅਸੀਂ ਆਪਣੀਆਂ ਸਮਾਜਿਕ, ਆਪਣੀਆਂ ਆਰਥਿਕ ਅਤੇ ਰਾਜਨੀਤਿਕ ਜਿਹੜੀ ਸੇਧ ਲੈਣੀ ਹੈ ਸਰਬੱਤ ਦੇ ਭਲੇ ਲਈ, ਜਿੱਥੇ ਗੱਲ ਹੋਵੇ। ਕਾਫੀ ਕੁਛ ਚੱਲ ਰਿਹਾ ਅੱਜ ਸਿੱਖ ਸਮਾਜ ਦੇ ਅੰਦਰ, ਕਾਫੀ ਵਿਵਾਦਾਂ ਦੀ ਗੱਲ ਵੀ ਹੋ ਰਹੀ ਹੈ, ਹੱਲ ਵੀ ਜ਼ਿਆਦਾ। ਏਦਾਂ ਲੱਗਦਾ ਜਿਵੇਂ ਮੈਂ ਮਤਲਬ ਕਿਤੇ ਦੂਰ ਬੋਲ ਰਿਹਾ ਹੋਵਾਂ, ਹੈ ਨਾ। ਮੈਂ ਚਾਹੁੰਦਾ ਇੱਥੇ ਇੱਥੇ ਗੱਲ ਜਿਹੜੀ ਹੈ, ਸਾਡੇ ਅੰਦਰ ਵਿਵਾਦਾਂ ਦੀ ਗੱਲ ਚੱਲ ਰਹੀ ਹੈ। ਮਸਲਨ ਉਹ ਵਿਵਾਦ ਕਿਉਂ ਨੇ, ਮੈਂ ਇੱਧਰ ਹੀ ਆ ਕੇ ਬੋਲ ਲੈਣਾ, ਇੱਕ ਸਾਈਡ 'ਤੇ ਮੇਰੀ ਆਵਾਜ਼ ਇੰਨੀ ਕੁ ਹੈਗੀ ਹੈ, ਕੋਈ ਨਹੀਂ ਕੋਈ। ਸਾਡੇ 'ਚ ਵਿਵਾਦ ਇਹੋ ਜਿਹੇ ਚੱਲ ਰਹੇ ਨੇ ਕਿ ਕਈ ਵਾਰੀ ਮਨ ਦੁਖੀ ਹੁੰਦਾ ਕਿ ਗੁਰੂ ਦੇ ਸਿੱਖ ਨੇ, ਜਿਹੜੇ ਗੁਰੂ ਨੂੰ ਪ੍ਰਣਾਏ ਹੋਏ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਬਾਰੇ ਚੰਗੀ ਤਰ੍ਹਾਂ ਜਾਣਦੇ ਵੀ ਨੇ, ਅਤੇ ਉਹ ਕਿਹੋ ਜਿਹੇ ਬਿਆਨ ਦਿੰਦੇ ਨੇ। ਮਸਲਨ ਇਹੋ ਜਿਹੇ ਜਿਹੜੇ ਕਈ ਵਿਵਾਦ ਨੇ ਕਿ ਹਰ ਜਿਹੜਾ ਨਵਾਂ ਬੱਚਾ, ਅਸੀਂ ਸਮੇਂ ਸਮੇਂ 'ਤੇ ਇਹ ਕੋਸ਼ਿਸ਼ਾਂ ਕਰਦੇ ਹਾਂ ਕਿ ਨਵੇਂ ਜਿਹੜੇ ਬੱਚੇ ਨੇ, ਨਵੀਂ ਉਮਰ ਦੇ ਬੱਚੇ ਨੇ, ਉਹਨਾਂ ਨੂੰ ਗੁਰੂ ਘਰ ਤੱਕ ਕਿਵੇਂ ਲੈ ਕੇ ਆਈਏ, ਅਤੇ ਉਹਨਾਂ ਨੂੰ ਦੱਸੀਏ ਕਿ ਸਿੱਖ ਹੋਣ ਦਾ ਫਾਇਦਾ ਕੀ ਹੈ, ਸਿੱਖ ਹੁੰਦੇ ਕੌਣ ਨੇ, ਅੱਜ ਦੇ ਸਮਾਜ ਦੇ ਵਿੱਚ ਸਿੱਖ ਹੋਣਾ ਕੀ ਹੈ, ਵੱਖਰੀ ਗੱਲ ਕੀ ਹੈ। ਇਹ ਵਿਸ਼ੇ ਦੇ ਉੱਤੇ ਅਸੀਂ ਆਮ ਚਰਚਾ ਕਰਦੇ ਰਹਿੰਦੇ ਹਾਂ, ਖਾਸ ਕਰਕੇ ਉਸ ਵੇਲੇ ਜਦੋਂ ਮੈਂ ਦੁਨੀਆ ਭਰ ਦੇ ਵਿੱਚ ਚੱਕਰ ਲਾਇਆ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ 80% ਤੋਂ ਵੱਧ ਸਿੱਖ ਹਾਲੇ ਵੀ ਗੁਰੂ ਘਰ ਦੇ ਨਾਲ ਨਹੀਂ ਜੁੜਿਆ ਹੈਗਾ, ਉਹ ਗੁਰੂ ਤੋਂ ਦੂਰ ਹੈ, ਭਾਵੇਂ ਉਹਦੇ ਨਾਮ ਨਾਲ ਸਿੰਘ ਹਾਲੇ ਲੱਗਿਆ ਹੋਇਆ, ਅਤੇ ਉਹਦਾ ਜਿਹੜਾ ਬਾਹਰੀ ਰੂਪ ਹੈ ਉਹ ਹੌਲੀ ਹੌਲੀ ਬਦਲ ਰਿਹਾ। ਅਤੇ ਜਿਹੜਾ 20% ਸਿੱਖ ਗੁਰੂ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਣ ਦਾ ਦਿਖਾਵਾ ਕਰ ਰਿਹਾ ਜਾਂ ਗੁਰੂ ਦੀ ਗੱਲ ਕਰ ਰਿਹਾ, ਭਾਵੇਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ, ਭਾਵੇਂ ਰਾਜਨੀਤਿਕ ਤੌਰ ਦੇ ਉੱਤੇ, ਭਾਵੇਂ ਕਿਸੇ ਤਰੀਕੇ ਨਾਲ, ਹੁਣ ਉਹਦਾ ਅਸੀਂ ਮੁਲਾਂਕਣ ਕਰੀਏ, ਜੇ ਅਸੀਂ ਉਹਦੇ 'ਤੇ ਅਧਿਐਨ ਕਰੀਏ, ਉਹ 20% ਦੇ ਉੱਤੇ ਉਹਦੀ ਗਿਣਤੀ ਕੋਈ ਮੈਨੂੰ ਲੱਗਦਾ ਕਿ 25-30 ਲੱਖ ਬਣਦੀ ਹੈ ਸਿੱਧੇ ਤੌਰ ਦੇ ਉੱਤੇ। ਅਤੇ 25-30 ਲੱਖ ਦੇ ਵਿੱਚੋਂ, ਕਿਉਂਕਿ ਮੈਂ ਵੱਖ ਵੱਖ ਮੀਡੀਆ ਦੇ ਰਾਹੀਂ ਚੈਨਲਾਂ ਦੇ ਨਾਲ ਜੁੜਿਆ ਹੋਇਆ, ਅਤੇ ਉਹਦੀ ਜਿਹੜੀ ਵਿਊਅਰਸ਼ਿਪ ਹੈ ਉਹਨੂੰ ਵੀ ਥੋੜ੍ਹਾ ਜਿਹਾ ਆਧਾਰ ਬਣਾ ਕੇ ਚੱਲਦਾ। ਉਹਦੇ 'ਚ
ਕੁਛ ਗਿਣਤੀ ਇੱਦਾਂ ਦੀ ਹੈ ਜਿਹੜੀ ਖਾਲਸਾ ਰਾਜ ਦੀ ਖਾਲਿਸਤਾਨ ਦੀ ਗੱਲ ਕਰਦੀ ਹੈ, ਕੁਛ ਗਿਣਤੀ ਹੈ ਜਿਹੜੀ ਉਹਦੇ 'ਚ ਪੰਜਾਬ 'ਚ ਚੋਣਾਂ ਦੇ ਰਾਹੀਂ ਸੱਤਾ 'ਚ ਤਬਦੀਲੀ ਚਾਹੁੰਦੀ ਹੈ, ਕੁਛ ਗਿਣਤੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਉਹ ਗਿਣਤੀ ਵੀ ਇਕੱਠੀ ਨਹੀਂ 20%, ਉਸ 20% ਗਿਣਤੀ 'ਚੋਂ ਇੱਕ ਹਿੱਸਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਾਲੀ ਇੱਕ ਹੋਰ ਜਿਹੜੀ ਰਚਨਾਵਾਂ ਨੇ ਉਹਨਾਂ ਨੂੰ ਆਪਣਾ ਬਰਾਬਰ ਦਾ ਸ਼ਰੀਕ ਮੰਨਦਾ ਗੁਰੂ ਗ੍ਰੰਥ ਸਾਹਿਬ ਦਾ, ਜਾਂ ਉਸ ਅਹੁਦੇ ਤੱਕ ਲੈ ਕੇ ਆਉਣਾ ਚਾਹੁੰਦਾ, ਜਾਂ ਉਹ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਨੇ ਜੁੜੀਆਂ ਹੋਈਆਂ। ਤੇ ਉਹਨਾਂ ਸਾਰਿਆਂ ਦਾ ਅਧਿਐਨ ਤੁਸੀਂ ਵੀ ਕਰਦੇ ਹੋਵੋਗੇ ਸ਼ਾਇਦ, ਜਾਂ ਉਹ ਤੁਹਾਨੂੰ ਮਸਲੇ ਹੋਰ ਤਰ੍ਹਾਂ ਦੇ ਦਿਖਾਈ ਦਿੰਦੇ ਹੋਣਗੇ। ਹੁਣ ਇੱਥੇ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਲਗਾਤਾਰ ਉਹ 20% ਜਿਹੜੀ ਆਪਣੀ ਆਬਾਦੀ ਹੈ, ਗਿਣਤੀ ਹੈ ਸਿੱਖਾਂ ਦੀ, ਜਿਹੜੀ ਗੁਰੂ ਨਾਲ ਜੁੜੇ ਹੋਣ ਦਾ ਦਿਖਾਵਾ ਕਰਦੀ ਹੈ, ਜਾਂ ਕਿਸੇ ਤਰੀਕੇ ਨਾਲ ਸੱਚਮੁੱਚ ਜੁੜੀ ਹੋਈ ਹੈ, ਉਹਨਾਂ 'ਚੋਂ ਜਿਹੜੀ ਸੱਚਮੁੱਚ ਜੁੜੀ ਹੋਈ ਹੈ ਉਹ ਆਪਣੇ ਆਪਣੇ ਜਿਹੜੇ ਮੁੱਢਲੇ ਉਹਨਾਂ ਦੇ ਸੰਘਰਸ਼ ਸੀ, ਜਿਹਦੇ 'ਚੋਂ ਗੁਰੂ ਕਰਕੇ ਜਿਹੜਾ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਥੱਲੇ, ਤਾਂ ਉਹ ਹੁਣ ਟੁੱਟ ਕੇ ਹਾਰ ਕੇ ਉਹ ਘਰਾਂ 'ਚ ਬੈਠੇ ਨੇ। ਉਹਨਾਂ 'ਚ ਸਾਡੇ ਬਹੁਤ ਵੱਡੇ ਲੀਡਰ ਵੀ ਨੇ, ਨਿਰਾਸ਼ ਹੋ ਕੇ ਘਰਾਂ 'ਚ ਬੈਠ ਗਏ ਉਹ, ਅਤੇ ਉਹਨਾਂ 'ਚ ਕੁਛ ਅਜਿਹੇ ਲੋਕ ਵੀ ਨੇ ਜਿਨ੍ਹਾਂ 'ਚ ਪੋਟੈਂਸ਼ੀਅਲ ਬਹੁਤ ਹੈ, ਕਰ ਸਕਦੇ ਨੇ ਉਹ ਸਿਰਫ ਇਸ ਕਰਕੇ ਅੱਗੇ ਨਹੀਂ ਆ ਰਹੇ ਕਿਉਂਕਿ ਜਦੋਂ ਵੀ ਉਹ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜਿਹੜੇ ਸੋਸ਼ਲ ਮੀਡੀਆ ਦੇ ਐਕਟਿਵ ਨੇ ਸਾਡੇ ਭਰਾ, ਮੇਰੇ ਛੋਟੇ ਭਰਾ, ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਜਾਂ ਅਜਿਹੀ ਸ਼ਬਦਾਵਲੀ ਵਰਤੀ ਜਾਂਦੀ ਹੈ ਉਹਨਾਂ ਦੇ ਲਈ ਕਿ ਉਹ ਚੁੱਪ ਕਰਕੇ ਬਹਿ ਜਾਂਦੇ ਨੇ, ਫਿਰ ਮੁੜ ਕੇ ਉਹ ਅੱਗੇ ਨਹੀਂ ਆਉਂਦੇ ਹੈਗੇ। ਅਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਕੋਈ ਅੱਜ ਇੱਕ ਗੱਲ ਕਰਦਾ, ਕੋਈ ਪੱਗ ਦੀ ਗੱਲ ਕਰਦਾ ਕਿ ਪੱਗ ਗੋਲ ਕਿਉਂ ਨਹੀਂ ਬੰਨੀ, ਕੋਈ ਕਹਿੰਦਾ ਕਿ ਤੁਸੀਂ ਦੂਸਰੀ ਤਰ੍ਹਾਂ ਦੀ ਕਿਉਂ ਨਹੀਂ ਬੰਨਦੇ, ਮਤਲਬ ਆਪਣੇ ਆਪ ਉਹ ਜਿਹੜੇ ਹੈ ਨੇ ਉਹ ਡਿਫਾਈਨ ਕਰਨ ਲੱਗ ਪਏ ਨੇ, ਕੈਟੇਗਰਾਈਜ਼ ਕਰਨ ਲੱਗ ਪਏ ਨੇ, ਵਰਗ ਬਣ ਗਏ ਨੇ, ਗਰੁੱਪ ਬਣ ਗਏ ਨੇ, ਧੜੇ ਬਣ ਗਏ ਨੇ ਕਿ ਇੱਦਾਂ ਦੀ ਪੱਗ ਬੰਨਣ ਵਾਲਾ ਇੱਦਾਂ ਦਾ ਅਤੇ ਇੱਦਾਂ ਦੀ ਪੱਗ ਬੰਨਣ ਵਾਲਾ ਉਹ ਗਰੁੱਪ ਦਾ। ਸੋ ਉਹਨਾਂ ਦਾ ਬੋਲਬਾਲਾ ਇਸ ਵੇਲੇ ਬਹੁਤ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਸੀਂ ਦੇਖਦੇ ਹਾਂ ਕਿ ਵਾਰ ਵਾਰ ਬੇਅਦਬੀ ਹੋਣਾ, ਨਾਲ ਅਸੀਂ ਗੱਲ ਵੀ ਕਰੀ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋ ਰਹੀ ਹੈ ਜਿੰਨੀ ਅਸੀਂ ਜ਼ੋਰ ਸ਼ੋਰ ਨਾਲ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ। ਤੁਸੀਂ ਨੋਟ ਕਰੋ ਕਿ ਪਿਛਲੇ 10 ਸਾਲਾਂ ਦੇ ਰਾਜ 'ਚ ਬਾਦਲਾਂ ਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਗੱਲ ਬਹੁਤ ਚੱਲੀ, ਅਤੇ ਉਸੇ ਦੌਰਾਨ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਗੱਲ ਵੀ ਨਾਲ ਨਾਲ ਚੱਲੀ। ਬਰਾਬਰ ਚੱਲਦੀਆਂ ਨੇ ਧਰਾਵਾਂ, ਜਿਹੜੀ ਗੱਲ ਨੂੰ ਤੁਸੀਂ ਚੁੱਕਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡਾ ਦੁਸ਼ਮਣ ਹੈ ਜਿਹੜਾ, ਉਹ ਉਸਨੂੰ ਉਨੇ ਹੀ ਜ਼ੋਰ ਸ਼ੋਰ ਨਾਲ ਦਬਾਉਣ ਦੀ, ਸਿੱਧਾ ਅਟੈਕ ਕਰਨ ਦੀ ਬਜਾਏ ਕੋਈ ਦੂਜੀ ਗੱਲ ਸ਼ੁਰੂ ਕਰੇਗਾ ਉਹਦੇ ਬਰਾਬਰ, ਤਾਂ ਕਿ ਜਿਹੜਾ ਤੁਹਾਡਾ ਧਿਆਨ ਆ ਉਹ ਬਦਲ ਕੇ ਦੂਜੇ ਪਾਸੇ ਚਲਾ ਜਾਏ। ਮਸਲਾਂ ਜਦੋਂ ਮੈਂ ਪਹਿਲਾਂ ਨਵੰਬਰ ਦੇ ਵਿੱਚ ਇੱਥੇ ਤੁਹਾਡੇ ਦਰਸ਼ਨ ਕਰਨ ਆਇਆ ਸੀ, ਉਦੋਂ ਇੱਕ ਸਵਾਲ ਹੁੰਦਾ ਸੀ ਤੁਹਾਡੇ ਮਨ ਦੇ ਵਿੱਚ ਕਿ ਪੰਜਾਬ ਦਾ ਕੀ ਬਣੇਗਾ, ਪੰਜਾਬ ਬਾਰੇ ਤੁਸੀਂ ਪੁੱਛਦੇ ਸੀ, ਕੋਈ ਇਲਾਜ ਹੋਏਗਾ ਪੰਜਾਬ ਦਾ ਜਾਂ ਸਿੱਖਾਂ ਨੂੰ ਕੋਈ ਰਾਹਤ ਮਿਲੇਗੀ, ਇੰਨਾ ਜ਼ੁਲਮ ਹੋ ਰਿਹਾ ਹੈ ਉੱਥੇ, ਕੀ ਉਹ ਮਤਲਬ ਹਾਲਾਤ ਬਦਲ ਗਏ ਨੇ ਹੁਣ ਪੰਜਾਬ ਦੇ ਵਿੱਚ, ਵੀ ਮੇਰੇ ਇੰਨੇ ਸਫ਼ਰ ਦੇ ਦੌਰਾਨ ਜਦੋਂ ਮੈਂ ਹੁਣ ਆਇਆ, ਕਿਉਂਕਿ ਹੁਣ ਉਹ ਸਵਾਲ ਨਹੀਂ ਕਰ ਰਹੇ ਤੁਸੀਂ, ਪਹਿਲਾਂ ਵਾਲੀ ਗੱਲ ਨਹੀਂ ਕਰਦੇ ਤੁਸੀਂ ਕਰ ਰਹੇ ਮੇਰੇ ਨਾਲ, ਹੁਣ ਤੁਹਾਡੇ ਸਵਾਲ ਹੋਰ ਨੇ, ਕੀ ਗੱਲ ਹੁਣ ਪੰਜਾਬ ਦੇ ਵਿੱਚ ਸੱਚਮੁੱਚ ਕੋਈ ਖਾਲਸਾ ਰਾਜ ਸਥਾਪਿਤ ਹੋ ਗਿਆ ਜਿਹੜਾ ਤੁਸੀਂ ਸਵਾਲ ਬਦਲ ਲਿਆ ਆਪਣਾ, ਇਹ ਦੁਸ਼ਮਣ ਨੇ ਤੁਹਾਡਾ ਸਵਾਲ ਬਦਲਿਆ, ਤਾਂ ਕਿ ਕਿਉਂਕਿ ਜਦੋਂ ਤੁਸੀਂ ਆਪਣੀ ਮਿੱਟੀ ਦਾ ਤੁਸੀਂ ਫਿਕਰ ਕਰਦੇ ਹੋ ਨਾ, ਆਪਣੀਆਂ ਜੜ੍ਹਾਂ ਦਾ ਫਿਕਰ ਕਰਦੇ ਹੋ, ਉਹ ਤੁਹਾਨੂੰ ਕਿਤਾਬਾਂ ਤੱਕ ਲੈ ਕੇ ਜਾਂਦੀ ਹੈ, ਸ਼ਬਦ ਦੀ ਪੜਚੋਲ ਤੱਕ ਲੈ ਕੇ ਜਾਂਦੀ ਹੈ ਉਹ ਗੱਲ, ਉਹ ਸਵਾਲ ਤੁਹਾਨੂੰ ਲੈ ਕੇ ਜਾਂਦਾ। ਕਿਉਂਕਿ ਕਿਸੇ ਮੇਰੇ ਮਿੱਤਰ ਨੇ ਪੁੱਛਿਆ ਕਿ ਕਸ਼ਮੀਰ ਦੇ ਵਿੱਚ ਜਿਹੜਾ ਸੰਘਰਸ਼ ਹੈ ਇੰਨਾ ਚਰਮ ਸੀਮਾ 'ਤੇ ਕਿਉਂ ਹੋ ਜਾਂਦਾ, ਉੱਥੇ ਛੋਟੇ ਛੋਟੇ ਬੱਚੇ ਵੀ ਕਿਉਂ ਉਸ ਸੰਘਰਸ਼ ਦੇ ਵਿੱਚ ਹਿੱਸਾ ਲੈਂਦੇ ਨੇ, ਉਸ ਜੱਦੋ ਜਹਿਦ ਦੇ ਵਿੱਚ ਹਿੱਸਾ ਕਿਉਂ ਲੈਂਦੇ ਨੇ।
ਮੈਂ ਕਿਹਾ ਵੀ ਉੱਥੋਂ ਦੇ ਲੋਕ ਜਾਗਰੂਕ ਨੇ, ਉੱਥੋਂ ਦੀ ਸਾਡੀ ਭੈਣ ਜਾਗਰੂਕ ਆ, ਉੱਥੋਂ ਦੀ ਮਾਂ ਜਾਗਰੂਕ ਹੈ, ਉਹ ਜਦੋਂ ਬੱਚਾ ਜੰਮਦਾ ਉਹਨੂੰ ਦੱਸਣਾ ਸ਼ੁਰੂ ਕਰ ਦਿੰਦੀ ਹੈ ਕਿ ਆਪਾਂ ਗੁਲਾਮ ਹਾਂ। ਬੱਚੇ ਨੂੰ ਕੁਛ ਨਹੀਂ ਪਤਾ, ਜੰਮਦੇ ਬੱਚੇ ਨੂੰ ਕੀ ਪਤਾ ਗੁਲਾਮ ਕੀ ਹੁੰਦਾ। 5-7 ਸਾਲ ਦਾ ਬੱਚਾ ਹੁੰਦਾ ਫਿਰ ਪੁੱਛਣਾ ਸ਼ੁਰੂ, ਉਹ ਹਟਦੀ ਨਹੀਂ ਕਹਿਣ ਤੋਂ ਕਿ ਆਪਾਂ ਗੁਲਾਮ ਹਾਂ। ਜਦੋਂ 5-7 ਸਾਲ ਦਾ ਬੱਚਾ ਹੁੰਦਾ ਫਿਰ ਉਹ ਪੁੱਛਦਾ ਗੁਲਾਮ ਹੁੰਦਾ ਕੀ ਹੈ, ਉਹ ਕਹਿੰਦੀ ਹੈ ਕਿਤਾਬ 'ਚ ਦੇਖ। ਅਤੇ ਜਦੋਂ ਬੱਚਾ ਕਿਤਾਬ 'ਚ ਦੇਖਦਾ ਉਹਨੂੰ ਪਤਾ ਲੱਗਦੇ ਨੇ ਗੁਲਾਮੀ ਦੇ ਅਰਥ ਕੀ ਨੇ। ਫਿਰ ਉਹ ਕਹਿੰਦਾ ਗੁਲਾਮ ਤਾਂ ਹਾਂ ਪਰ ਹਾਂ ਕਿਹਦੇ ਗੁਲਾਮ ਅਸੀਂ। ਉਹ ਫਿਰ ਕਹਿੰਦੀ ਹੈ ਕਿ ਕਿਤਾਬ 'ਚ ਦੇਖ, ਇਹ ਵੀ ਕਿਤਾਬ 'ਚ ਹੀ ਪਤਾ ਲੱਗਣਾ ਤੈਨੂੰ, ਆਪ ਨਹੀਂ ਦੱਸਦੀ। ਅਤੇ ਉਹ ਫਿਰ ਦੇਖਦਾ, ਜਦੋਂ ਪੜ੍ਹਦਾ, ਜਦੋਂ ਉਹਨੂੰ ਪਤਾ ਲੱਗਦਾ ਤਾਂ ਫਿਰ ਕੋਈ ਵੀ ਉਮਰ ਹੈ ਉਹ ਬੱਚੇ ਦੀ, ਉਹ ਸੰਘਰਸ਼ ਦੇ ਵਿੱਚ ਹਿੱਸਾ ਲੈਂਦਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਆਪਣੇ ਵੱਡੇ ਭਰਾਵਾਂ ਤੋਂ, ਆਪਣੇ ਬਜ਼ੁਰਗਾਂ ਤੋਂ ਵੀ ਅੱਗੇ ਹੋ ਕੇ ਉੱਥੇ ਉੱਥੋਂ ਦੀ ਆਰਮੀ ਦੇ ਜਾਂ ਉੱਥੋਂ ਦੀ ਜਿਹੜੀ ਉਹਨਾਂ 'ਤੇ ਜ਼ੁਲਮ ਕਰਨ ਵਾਲੀ ਏਜੰਸੀ ਹੈ ਜਾਂ ਉਹ ਫੋਰਸ ਹੈ, ਉਸ ਦੇ ਖਿਲਾਫ ਅਸੀਂ ਦੇਖਿਆ ਉਹ ਅੱਗੇ ਖੜ੍ਹੇ ਹੁੰਦੇ ਨੇ ਉਹਨਾਂ ਦੇ। ਅਤੇ ਇਹ ਉਹਨਾਂ ਦੀ ਮਾਂ ਦਾ ਰੋਲ ਹੈ। ਸੋ ਮਾਂ ਦਾ ਰੋਲ ਇੱਦਾਂ ਹੋਇਆ ਕਿਵੇਂ? ਉਹਨਾਂ ਦੀ ਮਾਂ ਜਾਗਰੂਕ ਹੈ, ਉਹ ਸਵਾਲ ਹੈ ਨਾ ਜਿਹੜਾ ਸਾਨੂੰ ਸਵਾਲ ਚਾਹੀਦਾ ਸੀ, ਜਿਸ ਸਵਾਲ ਤੱਕ ਅਸੀਂ ਤਰੱਕੀ ਕਰਕੇ ਆਏ ਸੀ, ਉਹ ਸਵਾਲ ਉੱਥੋਂ ਦੀ ਮਾਂ ਨੇ ਕਦੇ ਆਪਣੇ ਮਨ 'ਚੋਂ ਨਿਕਲਣ ਨਹੀਂ ਦਿੱਤਾ ਕਿ ਸਾਡਾ ਕੀ ਬਣੇਗਾ, ਕਸ਼ਮੀਰ ਦਾ ਬਣੇਗਾ ਕੀ। ਸੋ ਜਦੋਂ ਸਵਾਲ ਤੁਹਾਡਾ ਪੈਦਾ ਹੁੰਦਾ ਨਾ ਕਿ ਪੰਜਾਬ ਦਾ ਬਣੇਗਾ ਕੀ, ਸਾਡਾ ਸਿੱਖਾਂ ਦਾ ਬਣੇਗਾ ਕੀ, ਉਦੋਂ ਅਸੀਂ ਉਸ ਦਾ ਹੱਲ ਕਿਤਾਬਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਾਂ, ਅਤੇ ਇੱਥੋਂ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉੱਥੋਂ ਕੁਛ ਨਿਕਲੇ ਉਹਦਾ, ਕਿਉਂਕਿ ਗੁਰੂ ਸਾਹਿਬ ਕਹਿ ਗਏ ਨੇ ਸਾਨੂੰ। ਖੋਜ ਸ਼ਬਦ ਮੇਲੇ, ਠੀਕ ਹੈ ਨਾ, ਅਸੀਂ ਉਹ ਖੋਜ ਸ਼ਬਦ 'ਚੋਂ ਅਸੀਂ ਕੱਢਣੀ ਆ, ਉਹ ਸ਼ਬਦ 'ਚੋਂ ਸਾਨੂੰ ਮਿਲਦਾ ਸਾਰਾ ਕੁਛ। ਸ਼ਬਦ ਕਿਤੇ ਵੀ ਹੋ ਸਕਦਾ, ਜਿਹੜਾ ਵਿਚਾਰ ਹੈ ਕੋਈ ਫੁਰਨ, ਜੋ ਜਾਣਕਾਰੀ ਹੈ, ਨੌਲੇਜ ਹੈ, ਗਿਆਨ ਹੈ, ਉਹ ਸ਼ਬਦ ਰਾਹੀਂ ਹੀ ਮਿਲਣਾ। ਜਦੋਂ ਅਸੀਂ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪੜ੍ਹਦੇ ਹੁੰਦੇ ਸੀ 1987-88, ਉਸ ਤੋਂ ਬਾਅਦ 1990-91 ਦੇ ਵਿੱਚ, ਜਾਂ ਉਸ ਤੋਂ ਵੀ ਪਹਿਲਾਂ ਜਿਹੜੇ ਸਾਡੇ ਵੱਡੇ ਭਰਾ ਸੀ, ਉਹਨਾਂ ਦੇ ਗੱਲਬਾਤ ਦੇ ਕੰਟੀਨ 'ਚ ਬੈਠ ਕੇ ਚਾਹ ਪੀਂਦਿਆਂ ਦੇ ਮਜ਼ਮੂਨ ਕੁਛ ਇਸ ਤਰ੍ਹਾਂ ਦੇ ਹੁੰਦੇ ਸੀ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਸਟੇਟਮੈਂਟ ਪੜ੍ਹਦੇ ਹੁੰਦੇ ਸੀ ਕਿ ਅੱਜ ਉਹਨੇ ਰੂਸ ਬਾਰੇ ਕੀ ਬਿਆਨ ਦਿੱਤਾ, ਜਾਂ ਅੱਜ ਉਹਨੇ ਖਾੜੀ ਮੁਲਕਾਂ ਬਾਰੇ ਕੀ ਗੱਲ ਕੀਤੀ, ਜਾਂ ਰੂਸ ਨੇ ਕੀ ਅੱਗੇ ਪਲਟਵਾਰ ਕੀਤਾ, ਗੋਰਬਾ ਚੌਕ ਕੀ ਕਹਿੰਦਾ, ਮਿਡਲ ਈਸਟ ਦੇ ਵਿੱਚ ਕੀ ਚੱਲ ਰਿਹਾ, ਇਹ ਗੱਲਾਂ ਬਾਤਾਂ ਦੇ ਮਜ਼ਮੂਨ ਹੁੰਦੇ ਸੀ ਉਦੋਂ। ਅਤੇ ਅੱਜ ਮੈਂ ਦੇਖਿਆ ਵੀ ਪੰਜਾਬ ਦੇ ਵਿੱਚ ਜਿੱਥੋਂ ਮੈਂ ਆਇਆ, ਉੱਥੋਂ ਦਾ ਜਿਹੜਾ ਨੌਜਵਾਨ ਹੈ ਉਹ ਕੰਟੀਨ ਦੇ ਵਿੱਚ ਹੀ ਨਹੀਂ, ਉਹ ਕਲਾਸਰੂਮ ਦੇ ਵਿੱਚ ਬੈਠਾ ਇਹ ਦੇਖ ਰਿਹਾ ਕਿ ਦਿਲਜੀਤ ਦੁਸਾਂਝ ਦੀ ਕਿਹੜੀ ਨਵੀਂ ਫਿਲਮ ਆਈ ਹੈ, ਪੂਜਾ ਨੇ ਕਿਹੜਾ ਨਵਾਂ ਗਾਣਾ ਗਾਇਆ, ਉਹ ਇਹ ਦੇਖ ਰਿਹਾ। ਅਤੇ ਕਿੰਨਾ ਫਰਕ ਹੈ, ਮਤਲਬ ਹੁਣ ਇਹ ਜਿਹੜਾ ਫਰਕ ਹੈ, ਇਹ ਬਹੁਤ ਵੱਡੀ ਚਿੰਤਾ ਮੇਰੀ ਤਾਂ ਹੈ। ਹੁਣ ਮੈਂ ਇਸ ਨਾਲ ਕਿਵੇਂ ਫਾਈਟ ਕਰਨਾ, ਮੈਂ ਕਿਵੇਂ ਫਾਈਟ ਕਰ ਰਿਹਾ, ਉਹ ਮੈਂ ਹੱਲ ਕੱਢਣੇ ਹੁੰਦੇ ਨੇ, ਉਹ ਤਰੀਕੇ ਲੱਭਣੇ ਹੁੰਦੇ ਨੇ ਮੈਂ, ਕਿਉਂਕਿ ਜਦੋਂ ਇੱਧਰ ਉੱਧਰ ਹੱਥ ਮਾਰੀਏ ਨਾ, ਕੋਈ ਸਾਥ ਨਹੀਂ ਮਿਲਦਾ ਤੁਹਾਨੂੰ, ਖਾਸ ਕਰਕੇ ਇਸ ਪੱਧਰ 'ਤੇ ਜਦੋਂ ਲੜਾਈ ਲੜਨੀ ਹੋਵੇ ਉਦੋਂ ਤੁਹਾਨੂੰ ਕੋਈ ਸਾਥ ਨਹੀਂ ਮਿਲਦਾ। ਸਾਥ ਜਦੋਂ ਤੁਸੀਂ ਇੱਕ ਪਾਸੇ ਉਸ ਨੌਜਵਾਨੀ ਨੂੰ ਉਸ ਸਵਾਲਾਂ ਦੇ ਘੇਰੇ ਦੇ ਵਿੱਚੋਂ ਕੱਢ ਕੇ ਉਸ ਪੱਧਰ 'ਤੇ ਲੈ ਕੇ ਜਾਣਾ ਹੋਵੇ, ਤਾਂ ਜਿੱਥੇ ਤੁਸੀਂ ਸੋਚ ਰਹੇ ਹੋ ਉਸ ਪੱਧਰ ਦਾ ਸਾਥ ਚਾਹੀਦਾ ਹੁੰਦਾ। ਪਰ ਮੈਂ ਸਾਥ ਉਹਨਾਂ 'ਚੋਂ ਲੱਭ ਰਿਹਾ, ਉਹਨਾਂ ਨੌਜਵਾਨਾਂ 'ਚੋਂ ਲੱਭ ਰਿਹਾ ਆਪਣਾ ਸਾਥ, ਜਿਹੜੇ ਮੈਨੂੰ ਇਹ ਸਵਾਲ ਕਰਦੇ ਨੇ, ਇਹ ਸਵਾਲ ਛੱਡ ਕੇ ਕਿ ਪੰਜਾਬ ਦਾ ਕੀ ਬਣੇਗਾ, ਉਹ ਛੱਡ ਕੇ ਇਹ ਪੁੱਛ ਰਹੇ ਨੇ ਕਿ ਦੋਵਾਂ ਪ੍ਰਚਾਰਕਾਂ 'ਚੋਂ ਕਿਹੜਾ ਪ੍ਰਚਾਰਕ ਠੀਕ ਹੈ ਜੀ। ਮੈਂ ਉਹਨਾਂ 'ਚੋਂ ਸਾਥ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਤੁਸੀਂ ਦੱਸੋ ਵੀ ਉਹ ਮੇਰਾ ਸਾਥ ਦੇ ਸਕਣਗੇ ਇਸ ਲੜਾਈ ਦੇ ਵਿੱਚ, ਇੰਨੇ ਜੋਗੇ ਹੈਗੇ ਨੇ ਉਹ,
ਪੱਧਰ ਦਾ ਹੀ ਬੜਾ ਫਰਕ ਹੈ। ਸੋ ਦੁਸ਼ਮਣ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਉਸ ਪੱਧਰ ਤੋਂ ਬਿਲਕੁਲ ਮਿੱਟੀ 'ਚ ਲੈ ਆਉਂਦਾ ਥੱਲੇ ਕਿ ਅਸੀਂ ਸਿਰਫ ਪੰਜਾਬ ਦਾ ਸੋਚਣ ਦੀ ਬਜਾਏ ਜਾਂ ਦੁਸ਼ਮਣ ਨੇ ਜਿਹੜੀਆਂ ਸਾਡੇ ਨਾਲ ਕੀਤੀਆਂ ਨੇ, ਸਾਡੇ ਨੌਜਵਾਨਾਂ ਦਾ ਖੂਨ ਡੋਲਿਆ, 2.5 ਲੱਖ ਸਿੱਖ ਨੌਜਵਾਨਾਂ ਦਾ ਖੂਨ, ਦਰਬਾਰ ਸਾਹਿਬ 'ਤੇ ਹਮਲਾ 1984, ਸਾਡਾ ਪਾਣੀ, ਸਾਡੀ ਹਵਾ, ਸਾਡੀ ਮਿੱਟੀ ਉਹਦੇ 'ਚ ਜ਼ਹਿਰ ਮਿਲਾ ਦਿੱਤੀ ਹੈ, ਅਤੇ ਅਸੀਂ ਉੱਧਰ ਧਿਆਨ ਨਾ ਦੇਈਏ। ਇਹ ਦੁਸ਼ਮਣ ਕਾਮਯਾਬ ਹੋ ਗਿਆ ਨਾ ਉਹਦੇ 'ਚ, ਸਾਨੂੰ ਉੱਧਰ ਤਾਂ ਘੱਟ ਖਿਆਲ ਹੈ। ਅਸੀਂ ਇਹੀ ਪੁੱਛ ਰਹੇ ਹਾਂ ਕਿ ਪ੍ਰਚਾਰਕ ਕਿਹੜਾ ਠੀਕ ਹੈ, ਇੱਧਰ ਅਸੀਂ ਉਲਝ ਗਏ ਹਾਂ। ਅੱਜ ਦੀ ਪੀੜ੍ਹੀ ਦੇ ਵਿੱਚੋਂ ਜਿੰਨੇ ਵੀ ਮੈਂ ਨੌਜਵਾਨਾਂ ਨੂੰ ਮਿਲਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਮੈਂ ਪੁੱਛਿਆ ਇੱਕ ਬ੍ਰਿਸਬੇਨ ਦੀ ਗੱਲ ਹੈ ਪਰਸੋਂ ਚੌਥੇ ਦੀ, ਮੈਂ ਕਿਹਾ ਵੀ ਪੰਜਾਬੀ ਦਾ ਲੇਖਕ ਸਭ ਤੋਂ ਵਧੀਆ ਕਿਹੜਾ। ਪਹਿਲਾਂ ਮੈਂ ਪੁੱਛਿਆ ਪੰਜਾਬੀ ਦੀ ਕਿਤਾਬ ਸਭ ਤੋਂ ਵਧੀਆ ਕਿਹੜੀ ਹੈ, ਨਾਵਲ ਕਿਹੜਾ ਵਧੀਆ, ਅਤੇ ਪਿਛਲੇ 2-3 ਮਹੀਨਿਆਂ 'ਚ ਤੁਸੀਂ ਕਿਹੜੀ ਕਿਤਾਬ ਪੜ੍ਹੀ ਹੈ। ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਫਿਰ ਮੈਂ ਪੁੱਛਿਆ ਪੰਜਾਬੀ ਦਾ ਲੇਖਕ ਸਭ ਤੋਂ ਵਧੀਆ ਕਿਹੜਾ, ਕਹਿੰਦੇ ਜੀ ਸੰਤ ਭਿੰਡਰਾਂ ਵਾਲੇ। ਦੇਖੋ ਤੁਸੀਂ ਸਾਡਾ ਪੱਧਰ, ਸੰਤ ਜਰਨੈਲ ਸਿੰਘ ਨੇ ਤਾਂ ਕੁਛ ਲਿਖਿਆ ਹੀ ਨਹੀਂ ਹੈਗਾ। ਸੋ ਗਿਆਨ ਨਹੀਂ, ਨੌਲੇਜ ਨਹੀਂ ਹੈ ਅਤੇ ਉਹ ਲੜਨਗੇ ਕਿਵੇਂ, ਹਥਿਆਰ ਤਾਂ ਹੈ ਨਹੀਂ, ਖਾਲੀ ਹੱਥ ਹਾਂ ਅਸੀਂ, ਦਿਮਾਗ ਤੋਂ ਦਿਮਾਗ ਖਾਲੀ ਨੇ ਸਾਡੇ, ਅਸੀਂ ਫਾਈਟ ਕਿਵੇਂ ਕਰਾਂਗੇ। ਜਦੋਂ ਉਹ ਕਿਸੇ ਦੀ ਵਿਰੋਧਤਾ ਕਰਦੇ ਨੇ ਜਾਂ ਜਦੋਂ ਕਿਸੇ ਨਾਲ ਸਿਧਾਂਤ ਦੀ ਲੜਾਈ ਲੜਨ ਦੀ ਗੱਲ ਕਰਦੇ ਆ, ਫਿਰ ਉੱਥੇ ਦਿਮਾਗ ਤੋਂ ਖਾਲੀ ਹੁੰਦੇ ਆ, ਕਿਵੇਂ ਜਿੱਤਣਗੇ ਉਹ। ਫਿਰ ਉਹਨਾਂ ਦੀ ਗਿਣਤੀ ਤਾਂ ਆਪੇ ਘਟਣੀ ਹੋਈ, ਉਸ ਰੂਪ ਵਾਲੀ ਗਿਣਤੀ ਆਪੇ ਘਟਣੀ ਹੋਈ, ਕਿਉਂਕਿ ਉਹਨਾਂ ਕੋਲ ਦਲੀਲ ਨਹੀਂ, ਕਿਸੇ ਨੂੰ ਜੱਜ ਦੀ ਗੱਲ ਹੀ ਨਹੀਂ ਜਦੋਂ ਮੂੰਹ 'ਚੋਂ ਨਿਕਲਣੀ, ਤਾਂ ਫਿਰ ਸੁਣਨ ਵਾਲਾ ਜਿਹੜਾ ਹੈ ਨਾ ਉਹ ਫਿਰ ਉਹ ਦੂਜੇ ਪੱਖ ਵੱਲ ਜਿਹੜਾ ਹੈ ਝੁਕਾਅ ਹੋਏਗਾ ਉਹਦਾ, ਜਿਹੜਾ ਜਿੱਤ ਗਿਆ ਉਸ ਲੜਾਈ ਦੇ ਵਿੱਚ। ਜੇ ਇੱਕ ਗੁਰਦਾਸ ਮਾਨ ਦੇ ਚੇਲਿਆਂ ਨਾਲ ਬਹਿਸ ਹੋ ਜਾਂਦੀ ਹੈ ਕਿਸੇ ਵੀਰ ਦੀ, ਹਾਰ ਜਾਂਦਾ, ਜਿਹੜੇ ਸੁਣ ਰਹੇ ਨੇ ਫਿਰ ਉੱਧਰ ਭਰ ਹੋਣਗੇ ਨਾ। ਕਿਉਂ ਹਾਰ ਜਾਂਦਾ? ਕਿਉਂਕਿ ਗਿਆਨ ਨਹੀਂ, ਪੜ੍ਹਿਆ ਨਹੀਂ ਕਿਸੇ ਨੂੰ। ਬਾਣੀ ਪੜ੍ਹਨੀ ਚਾਹੀਦੀ ਹੈ ਪਰ ਬਾਣੀ ਵਿਚਾਰਨ ਨਾਲ ਉਤਰਨੀ ਹੈ ਦਿਮਾਗ ਦੇ ਵਿੱਚ, ਪੜ੍ਹਨ ਨਾਲ ਤਾਂ ਉਤਰਨੀ ਨਹੀਂ ਹੈ। ਸਿਰਫ ਇਹ ਸੋਚ ਲੈਣਾ ਕਿ 2.5 ਘੰਟੇ ਦਾ ਨਿਤਨੇਮ ਹੁਕਮ ਹੋਇਆ ਜਾਂ ਹੋਰ, ਉਹਦੇ ਨਾਲ ਉਹ ਤੁਸੀਂ ਰਿਹਰਸਲ ਤਾਂ ਕਰ ਰਹੇ ਹੋ, ਬੈਠਣ ਦੀ ਰਿਹਰਸਲ ਤਾਂ ਹੋ ਜਾਂਦੀ ਹੈ, ਪਰ ਮਨ ਮਸਤਕ ਉਹਦੇ ਨਾਲ ਤਿੱਖਾ ਨਹੀਂ ਹੋ ਰਿਹਾ ਕਿਉਂਕਿ ਸ਼ਬਦ ਤਾਂ ਆ ਹੀ ਨਹੀਂ ਰਿਹਾ। ਉਹ ਜਦੋਂ ਤੱਕ ਕਿਤਾਬ ਕੋਈ ਪੜ੍ਹਨੀ ਹੁੰਦੀ ਹੈ ਉਦੋਂ ਤੱਕ ਨੀਂਦ ਆਉਣ ਲੱਗ ਜਾਂਦੀ ਹੈ, ਥੱਕ ਜਾਂਦਾ, ਉਹ ਸਿਟਿੰਗ ਪੂਰੀ ਹੋ ਗਈ। ਕਰਨਾ ਚਾਹੀਦਾ, ਨਿਤਨੇਮ ਵੀ ਕਰਨਾ ਚਾਹੀਦਾ, ਪਰ ਸ਼ਬਦ ਜਦ ਤੱਕ ਵਿਚਾਰਿਆ ਨਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਸਾਨੂੰ ਉਹਦੇ 'ਚੋਂ ਸਾਰਾ ਕੁਛ ਲੱਭ ਜਾਣਾ। ਮੈਂ ਕਾਫੀ ਲੋਕਾਂ ਨਾਲ ਗੱਲ ਕਰਦਾ ਹੁੰਦਾ ਜਦੋਂ ਕਹਿੰਦੇ ਹੁੰਦੇ ਨੇ ਕਿ ਤੁਸੀਂ ਗੀਤਕਾਰਾਂ ਦੇ ਜਾਂ ਕਲਾਕਾਰਾਂ ਦੇ ਇੰਨੇ ਖਿਲਾਫ਼ ਬੋਲਦੇ ਹੋ ਜਾਂ ਉਸ ਤਰੀਕੇ ਨਾਲ ਗੱਲ ਕਰਦੇ ਹੋ, ਤਾਂ ਸਿਰਫ ਅਤੇ ਸਿਰਫ ਉਹ ਕਦੇ ਵੱਖਰੀ ਗੱਲ ਕਰਾਂਗੇ ਕਿ ਤੁਹਾਡਾ ਧਿਆਨ ਜਿਹੜਾ ਹੈ ਕਿ ਤੁਸੀਂ ਵਿਚਾਰ ਵਟਾਂਦਰਾ ਜਦੋਂ ਸ਼ੁਰੂ ਕਰਨਾ ਸੀ ਕਿ ਪੰਜਾਬ ਦਾ ਕੀ ਬਣੇਗਾ, ਪੰਜਾਬ ਦਾ ਇਹ ਹਾਲ ਕਿਉਂ ਹੈ, ਸਵਾਲ ਨਿਕਲਦੇ ਆ ਨਾ, ਉਹਦੇ 'ਚ ਬੜਾ ਕੁਛ ਲੁਕਿਆ ਹੋਇਆ। ਉੱਥੇ ਤੁਹਾਡੀ ਖੋਜ ਸ਼ੁਰੂ ਹੁੰਦੀ ਹੈ, ਉੱਥੇ ਤੁਹਾਡੀ ਖੋਜ ਸ਼ੁਰੂ ਹੁੰਦੀ ਹੈ। ਤੁਸੀਂ ਤੁਹਾਨੂੰ ਫਿਰ ਆਪਣੇ ਆਪ ਪਤਾ ਲੱਗਣ ਲੱਗ ਜਾਂਦਾ, ਤੁਸੀਂ ਹੈਰਾਨ ਬਣੋਗੇ ਇਸ ਗੱਲ ਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਭਾਵੇਂ ਸਾਡੇ 'ਤੇ ਬਹੁਤ ਹਮਲੇ ਹੋਏ ਨੇ, ਪਰ ਬੜੀ ਇੱਕ ਖੁਸ਼ੀ ਦੀ ਗੱਲ ਇਹ ਸੀ ਕਿ ਕੋਈ ਸਮਾਂ ਸੀ ਕਿ ਜਸਵੰਤ ਸਿੰਘ ਕੰਵਲ ਸਭ ਤੋਂ ਵੱਧ ਰਾਇਲਟੀ ਮਿਲਦੀ ਸੀ, ਉਹਨੂੰ ਕਿਤਾਬਾਂ ਉਹਦੀਆਂ ਵਿਕਣੀਆਂ ਸੀ, ਨਾਵਲ ਉਹਦੇ ਬਹੁਤ ਵਿਕੇ, ਲਹੂ ਦੀ ਲੋ, ਰਾਤ ਬਾਕੀ ਹੈ, ਇੰਨਿਆਂ 'ਚ ਉੱਠੋ ਸੂਰਮਾ, ਪੂਰਨਵਾਸੀ, ਹੋਰ ਬਹੁਤ ਸਾਰੇ ਉਹਨਾਂ ਨੇ ਨਾਵਲ ਲਿਖੇ, ਅਤੇ ਉਹ ਪਹਿਲਾ ਲੇਖਕ ਹੈ ਪੰਜਾਬੀ ਦਾ ਜਸਵੰਤ ਸਿੰਘ ਕੰਵਲ,
ਜਿਹੜਾ ਉਹਨੂੰ ਮਿਲਣ ਵਾਲੀ ਰਾਇਲਟੀ ਤੇ ਟੈਕਸ ਪੇ ਕਰਦਾ ਸੀਗਾ ਇੰਨੀ ਰਾਇਲਟੀ ਮਿਲਦੀ ਸੀ ਇੰਨਾ ਪੜਿਆ ਜਾਂਦਾ ਸੀ ਉਹ ਤੇ ਉਸ ਤੋਂ ਬਾਅਦ ਗੈਪ ਪੈ ਗਿਆ ਨਾ ਗੁਰਦਿਆਲ ਸਿੰਘ ਨੂੰ ਪੜਿਆ ਕਿਸੇ ਨੇ ਨਾ ਹਰਿੰਦਰ ਸਿੰਘ ਮਹਿਬੂਬ ਨੂੰ ਜਸਵੰਤ ਸਿੰਘ ਕੰਵਰ ਨੂੰ ਪੜ੍ਹਨਾ ਛੱਡਤਾ ਗੈਪ ਪੈ ਗਿਆ ਵੱਡਾ ਗੈਪ ਸੀ ਉਹ ਫਿਰ ਕੋਈ ਵੀ ਇਹੋ ਜਿਹਾ ਮਤਲਬ ਕੋਈ ਲੇਖਕ ਨਹੀਂ ਸੀ ਹੈਗਾ ਪੰਜਾਬੀ 'ਚ ਜਿਹੜਾ ਰਾਇਲਟੀ ਲੈਂਦਾ ਸੀ ਜਾਂ ਜਿਸਦੀ 500 ਕਿਤਾਬ ਤੋਂ ਵੱਧ ਕੋਈ ਕਿਤਾਬ ਛਾਪਦੀ ਸੀ 500 ਕਿਤਾਬ ਛਾਪਣਾ ਆਪਣੇ ਆਪ 'ਚ ਮਾਣ ਵਾਲੀ ਗੱਲ ਮਹਿਸੂਸ ਕਰਦਾ ਸੀ ਕੋਈ ਲੇਖਕ ਸਿਰਫ 500 ਕਿਤਾਬ ਅਤੇ ਉਹਦੇ 'ਚੋਂ 200-300 ਕਿਤਾਬ ਵਿਕਦੀ ਸੀ ਪੂਰੇ ਪੰਜਾਬ 'ਚ ਵੱਖ ਵੱਖ ਬੁੱਕ ਸਟੋਰਾਂ 'ਤੇ ਅਤੇ ਬਾਕੀ ਇੱਦਾਂ ਹੀ ਪਈ ਰਹਿੰਦੀ ਸੀ ਕਿਉਂਕਿ ਮੇਰਾ ਪਬਲਿਸ਼ਰਾਂ ਨਾਲ ਵਾਹ ਪਿਆ ਮੈਂ ਖੋਜ ਕੀਤੀ ਇਸ ਗੱਲ 'ਤੇ ਫਿਰ ਖੁਸ਼ੀ ਦੀ ਗੱਲ ਜਿਹੜੀ ਹੋਈ ਉਹ ਇਹ ਹੋਈ ਕਿ ਅਜਮੇਰ ਸਿੰਘ ਲੇਖਣੀ ਦੇ ਖੇਤਰ 'ਚ ਆਏ ਉਹਨਾਂ ਨੇ ਜਦੋਂ 20ਵੀਂ ਸਦੀ ਦੀ ਸਿੱਖ ਰਾਜਨੀਤੀ ਲਿਖੀ ਉਸਨੂੰ ਥੋੜ੍ਹਾ ਥੋੜ੍ਹਾ ਹੁੰਗਾਰਾ ਮਿਲਣਾ ਸ਼ੁਰੂ ਹੋਇਆ ਥੋੜ੍ਹੀ ਗਿਣਤੀ ਦੇ ਵਿੱਚ 1000 ਕਿਤਾਬ ਛਪੀ ਸੀ ਪਹਿਲਾਂ ਉਹਨਾਂ ਦੀ ਉਹ ਵਿਕੀ ਹੌਲੀ ਹੌਲੀ ਪਤਾ ਲੱਗਿਆ ਕਿ ਅਜਮੇਰ ਸਿੰਘ ਨੇ ਇਸ ਤਰੀਕੇ ਨਾਲ ਗੱਲ ਕੀਤੀ ਹੈ ਫਿਰ 1000 ਉਹਨਾਂ ਦੀ ਹੋਰ ਛਪੀ ਫਿਰ 1000 ਹੋਰ ਛਪੀ 3 ਵਾਰੀ 1000-1000 ਛਪੀ ਉਹਨਾਂ ਦੀ ਕਿਤਾਬ ਅਤੇ ਹੁਣ ਉਹ ਕਿਤਾਬ 2 ਲੱਖ ਦੇ ਕਰੀਬ ਵਿਕ ਚੁੱਕੀ ਹੈ ਦੇਖੋ 3 ਵਾਰ ਛਪੀ ਹੈ ਇਹ ਖੁਸ਼ੀ ਦੀ ਗੱਲ ਹੈ ਅਤੇ ਚਿੰਤਾ ਹੋ ਗਈ ਦੁਸ਼ਮਣ ਨੂੰ ਕਿ ਪਿਛਲੇ 10 ਸਾਲਾਂ 'ਚ ਅਜਮੇਰ ਸਿੰਘ ਨੂੰ ਸਭ ਤੋਂ ਵੱਧ ਪੜ੍ਹਿਆ ਗਿਆ ਅਤੇ ਸਿੱਖਾਂ ਦੀ ਜਿਹੜੀ ਸਿਧਾਂਤਕ ਘੇਰਾਬੰਦੀ ਹੈ ਉਹ ਅਜਿਹੀ ਜਟਿਲ ਭਾਸ਼ਾ ਲਿਖਣ ਦੇ ਬਾਵਜੂਦ ਜਿਹੜੀ ਅਸੀਂ ਦੇਖਦੇ ਹਾਂ ਕਿ ਸਿਧਾਂਤਕ ਆਲੋਚਨਾ ਦੀ ਇੱਕ ਭਾਸ਼ਾ ਹੁੰਦੀ ਹੈ ਜਦੋਂ ਕਿਸੇ ਲੇਖਕ ਬਾਰੇ ਆਲੋਚਨਾਤਮਕ ਲੇਖ ਲਿਖਣਾ ਹੋਵੇ ਨਾ ਰਾਈਟਰ ਬਾਰੇ ਕਿਸੇ ਬਾਰੇ ਤਾਂ ਉਹਦੇ ਪੱਖ ਲਿਖਣੇ ਹੁੰਦੇ ਨੇ ਆਲੋਚਨਾ ਕਰਨ ਵਾਲੇ ਨੇ ਕਿ ਕਿਹੋ ਜਿਹੇ ਸਮੇਂ 'ਚ ਜੰਮਿਆ ਕਿਹੋ ਜਿਹੇ ਸਮੇਂ ਦੇ ਵਿੱਚ ਇਹ ਪੜ੍ਹਿਆ ਕੀ ਇਹਨੇ ਪੜ੍ਹਾਈ ਕੀਤੀ ਕਿਹੜੇ ਕਿਹੜੇ ਵਿਸ਼ਿਆਂ ਨੂੰ ਪੜ੍ਹਿਆ ਅਤੇ ਕਿਹੜੀਆਂ ਕਿਹੜੀਆਂ ਕਿਤਾਬਾਂ ਦਾ ਇਹਦੇ 'ਤੇ ਅਸਰ ਪਿਆ ਅਤੇ ਫਿਰ ਇਹ ਲੇਖਕ ਕਿਵੇਂ ਬਣਿਆ ਫਿਰ ਲੇਖਕ ਬਣਿਆ ਇਹਨੇ ਲਿਖਿਆ ਕੀ ਫਿਰ ਜੋ ਕੁਛ ਇਹਨੇ ਲਿਖਿਆ ਉਹ ਸਮਾਜ ਦੀ ਅਜੋਕੀ ਦ੍ਰਿਸ਼ਟੀ ਦੇ ਮੁਤਾਬਕ ਜੋ ਸਮਾਜ ਦੇ ਵਿੱਚ ਚੱਲ ਰਿਹਾ ਉਸ ਦ੍ਰਿਸ਼ਟੀ ਤੋਂ ਉਹ ਖਰਾ ਵੀ ਹੈ ਕਿ ਉਹ ਐਵੇਂ ਪਰੀ ਕਹਾਣੀਆਂ ਲਿਖੀਆਂ ਉਹਦੇ ਸਮਾਜ 'ਤੇ ਅਸਰ ਕੀ ਪੈਂਦੇ ਨੇ ਉਹਦਾ ਉਹਦੇ ਯੂਥ 'ਤੇ ਅਸਰ ਕੀ ਪੈਂਦੇ ਨੇ ਫਿਰ ਇਹ ਲਿਖਿਆ ਜਾਂਦਾ ਕਿ ਉਹਦਾ ਜਿਹੜਾ ਪਾਤਰ ਚ ਪਾਤਰ ਉਹਨੇ ਬਣਾਏ ਨੇ ਪਾਤਰ ਘੜੇ ਨੇ ਕਹਾਣੀ ਦੇ ਵਿੱਚ ਵੀ ਉਹ ਪਾਤਰਾਂ ਨਾਲ ਕੀ ਉਹ ਇਨਸਾਫ ਕਰ ਸਕਿਆ ਕੀ ਉਹਨਾਂ ਨੂੰ ਪੂਰਾ ਉਹਨੇ ਖੁੱਲ੍ਹ ਕੇ ਬੋਲਣ ਦਾ ਅਧਿਕਾਰ ਦਿੱਤਾ ਪਾਤਰਾਂ ਨੂੰ ਇਹ ਆਲੋਚਨਾਤਮਕ ਦ੍ਰਿਸ਼ਟੀ ਤੋਂ ਜਿਹੜਾ ਲੇਖਕ ਪੂਰਾ ਖਾਕਾ ਤਿਆਰ ਕਰਦਾ ਕਿਸੇ ਦੂਜੇ ਲੇਖਕ ਬਾਰੇ ਉਹ ਇਹ ਗੱਲਾਂ ਲਿਖਦਾ ਫਿਰ ਉਹ ਗੱਲ ਕਰਦਾ ਕਿ ਰਾਜਨੀਤਿਕ ਸਮੀਕਰਨ ਜਿਹੜੇ ਹੁੰਦੇ ਨੇ ਮੌਕੇ 'ਤੇ ਉਹਨਾਂ ਨੂੰ ਬਦਲਣ ਦੀ ਉਹ ਤਾਕਤ ਰੱਖਦਾ ਉਹ ਲੇਖਕ ਉਹ ਸਾਰੀਆਂ ਗੱਲਾਂ ਨੂੰ ਅਸੀਂ ਦੇਖੀਏ ਕਿ ਅਜਮੇਰ ਸਿੰਘ ਪੂਰਾ ਨਿਭਾਉਂਦਾ ਅਤੇ ਦੁਸ਼ਮਣ ਨੂੰ ਫਿਕਰ ਹੋਇਆ ਕਿ ਇਹ ਇੰਨੀ ਵੱਡੀ ਜਿਹੜੀ ਚੇਤਨਾ ਤੁਰੀ ਹੈ ਉਸ ਤੋਂ ਬਾਅਦ ਉਹ ਜਿਹੜੇ ਹਵਾਲੇ ਦਿੱਤੇ ਨੇ ਵਿੱਚ ਮੇਰਾ ਦਾਗਿਸਤਾਨ ਦੇ ਹੋਰ ਵੱਖ ਵੱਖ ਲੀਡਰਾਂ ਨਾਲ ਹੋਈ ਗੱਲਬਾਤ ਦੇ ਜਾਂ ਹੋਰ ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖਾਲਸਾ ਕਿਤਾਬ ਬਹੁਤ ਵਧੀਆ ਇੱਕ ਉਹਨਾਂ ਦੀ ਕਵਿਤਾ ਦੀ ਕਿਤਾਬ ਹੈ ਝਨਾ ਦੀ ਰਾਤ ਸੱਚੀ ਸਾਖੀ ਹੈ ਸਰਦਾਰ ਕਪੂਰ ਸਿੰਘ ਹੋਰਾਂ ਦੀ ਬਹੁਤ ਸਾਰੇ ਲੇਖਕ ਨੇ ਜਿਨ੍ਹਾਂ ਦਾ ਉਹਨਾਂ ਨੇ ਆਪਣੇ ਹਵਾਲਿਆਂ ਦੇ ਵਿੱਚ ਜ਼ਿਕਰ ਕੀਤਾ ਜਿਨ੍ਹਾਂ ਦੇ ਨੋਟ ਦਿੱਤੇ ਨੇ ਕੋਟ ਦਿੱਤੇ ਨੇ ਜਿਨ੍ਹਾਂ ਨੂੰ ਅੱਗੇ ਉਹਨੇ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਅਜਮੇਰ ਸਿੰਘ ਹੋਰਾਂ ਨੇ ਉਹ ਇੱਕ ਨਜ਼ਰੀਆ ਦਿੰਦੇ ਨੇ ਸਾਨੂੰ ਸੋ ਉਹਦੇ ਨਾਲ ਜਿਨ੍ਹਾਂ ਜਿਨ੍ਹਾਂ ਨੌਜਵਾਨਾਂ ਨੇ ਉਹਨਾਂ ਨੂੰ ਪੜ੍ਹਿਆ ਅਤੇ ਵੱਡੀ ਗੱਲ ਇਹ ਹੈ ਵੀ ਸਿਰਫ ਪੜ੍ਹਿਆ ਹੀ ਨਹੀਂ ਅਤੇ ਉਹਨਾਂ ਨੂੰ ਸਮਝ ਆ ਗਈ ਸਿੱਖ ਰਾਜਨੀਤੀ ਦੀ ਕਿ ਸਿੱਖ ਰਾਜਨੀਤੀ ਕਿਵੇਂ ਸ਼ੁਰੂ ਹੋਈ ਸੀ ਅਤੇ ਕਿੱਥੋਂ ਚੱਲਦੀ ਚੱਲਦੀ ਸਫ਼ਰ ਕਰਦੀ ਕਰਦੀ ਜਿਹੜੀ ਹੈ ਉਹ ਕਿੱਥੇ ਪਹੁੰਚ ਗਈ ਹੈ ਅਤੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ ਸਾਡੇ ਕੋਲ ਸਮੱਸਿਆ ਇਹੀ ਹੈ ਸਾਡੇ ਮਨ ਦੇ ਵਿੱਚ ਜਿਹੜੇ ਸਵਾਲ ਉਪਜਦੇ ਨੇ ਉਹਨਾਂ ਦਾ ਹੱਲ ਸਾਡੇ ਲੀਡਰ ਨੂੰ ਦੇਣਾ ਚਾਹੀਦਾ
ਸਾਡੇ ਆਲੇ ਦੁਆਲੇ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਡੇ ਲੀਡਰ ਨੂੰ ਦੇਣੀਆਂ ਚਾਹੀਦੀਆਂ ਨੇ। ਉਹ ਕਿਉਂਕਿ ਤਾਂ ਉਸ ਮੁਕਾਮ 'ਤੇ ਪਹੁੰਚਿਆ ਹੁੰਦਾ ਤੁਹਾਨੂੰ ਲੀਡ ਕਰਨ ਦੇ ਲਈ, ਕਿਉਂਕਿ ਉਹ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘਿਆ ਹੁੰਦਾ। ਅਤੇ ਲੀਡਰ ਅਖਵਾਉਣ ਦਾ ਹੱਕ ਇਸ ਕਰਕੇ ਲੈਂਦਾ ਕਿ ਆਵਾਮ ਮੈਂ ਤੇਰੀਆਂ ਭਾਵਨਾਵਾਂ ਨੂੰ ਸਮਝਦਾ, ਮੈਂ ਤੇਰੇ ਜਜ਼ਬਾਤਾਂ ਨੂੰ ਸਮਝਦਾ, ਅਤੇ ਤੂੰ ਮੇਰੇ 'ਤੇ ਭਰੋਸਾ ਕਰ, ਮੈਂ ਤੇਰੀ ਹੋਣੀ ਨੂੰ ਆਂਚ ਨਹੀਂ ਆਉਣ ਦੇਵਾਂਗਾ। ਇਹ ਉਹਦਾ ਰੁਤਬਾ ਹੁੰਦਾ ਲੀਡਰ ਦਾ। ਪਰ ਕੀ ਅੱਜ ਸਾਡੇ ਕੋਲ ਅਜਿਹਾ ਕੋਈ ਸ਼ਖਸ ਹੈ ਜਿਹੜਾ ਇਹ ਗੱਲ ਦਾ ਦਮ ਭਰਦਾ ਹੋਵੇ ਕਿ ਤੁਸੀਂ ਮੇਰਾ ਸਾਥ ਦਿਓ, ਮੈਂ ਤੁਹਾਡੇ ਹਰ ਜਜ਼ਬਾਤ ਦਾ ਅਤੇ ਹਰ ਤੁਹਾਡੇ ਖਿਆਲ ਦਾ ਜਵਾਬ ਦੇਵਾਂਗਾ, ਮੈਂ ਤੁਹਾਨੂੰ ਨਿਰਉੱਤਰ ਨਹੀਂ ਹੋਣ ਦੇਵਾਂਗਾ, ਮੈਂ ਤੁਹਾਡੇ ਮਨ ਦੇ ਸ਼ੰਕੇ ਦੂਰ ਕਰਾਂਗਾ। ਜਦੋਂ ਜਦੋਂ ਤੁਸੀਂ ਇਹ ਬੜੀ ਬਰੀਕ ਗੱਲ ਹੈ, ਜਦੋਂ ਜਦੋਂ ਤੁਸੀਂ ਸਵਾਲਾਂ ਦੇ ਜਵਾਬ ਲੱਭਣ ਲੱਗਦੇ ਹੋ ਤਾਂ ਨਿਰਸੰਦੇਹ ਤੁਸੀਂ ਸਿਰਫ ਤੇ ਸਿਰਫ ਇੱਕ ਪਾਖੰਡ ਦੇ ਰੂਪ ਦੇ ਵਿੱਚ ਗੁਰੂ ਦੇ ਲੜ ਨਹੀਂ ਲੱਗਦੇ, ਸੱਚਮੁੱਚ ਤੁਸੀਂ ਫਿਰ ਗੋਡੇ ਟੇਕ ਦਿੰਦੇ ਹੋ, ਸ਼ਬਦ ਦੀ ਥਾਂ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਤਾਂ ਇੱਕ ਅੰਤਰਮੁਖੀ ਚੇਤਨਾ ਹੁੰਦੀ ਹੈ, ਇਸ ਨੂੰ ਤੁਹਾਡੇ ਗੁਆਂਢ ਦੇ ਵਿੱਚ ਰਹਿੰਦਾ ਕੋਈ ਵਿਅਕਤੀ ਨਹੀਂ ਬੁੱਝ ਸਕਦਾ, ਇਸ ਨੂੰ ਤੁਹਾਡੀ ਨਾਲ ਦੀ ਸੀਟ 'ਤੇ ਬੈਠਾ ਹੋਇਆ ਤੁਹਾਡਾ ਸਾਥੀ ਨਹੀਂ ਬੁੱਝ ਸਕਦਾ। ਇਹ ਤੁਹਾਡੇ ਅੰਦਰ ਲੜਾਈ ਚੱਲ ਰਹੀ ਹੁੰਦੀ ਹੈ। ਇਹ ਲੜਾਈ ਨੂੰ ਜਿਹੜੇ ਮਨੋਵਿਗਿਆਨੀ ਹੁੰਦੇ ਨੇ, ਸਿਸਟਮ ਨੇ ਜਿਨ੍ਹਾਂ ਨੂੰ ਤਨਖਾਹ 'ਤੇ ਰੱਖਿਆ ਹੁੰਦਾ ਇਹ ਅਧਿਐਨ ਕਰਨ ਲਈ ਵਿਸ਼ੇਸ਼ ਤੌਰ ਦੇ ਉੱਤੇ, ਉਹ ਕਿਉਂਕਿ ਕੌਮੀ ਚੇਤਨਾ ਜਿਹੜੀ ਹੈ ਇੱਕ ਸਮੂਹਿਕ ਭਾਵਨਾ, ਕੌਮ ਦੇ ਕਿਸੇ ਇੱਕ ਬੰਦੇ ਦੇ ਅੰਦਰ ਫੁਰਨਾ ਨਹੀਂ ਹੁੰਦਾ ਹੈ, ਇਹ ਸਮੂਹਿਕ ਤੌਰ 'ਤੇ ਵਾਪਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਅਦਬੀ ਹੋਈ ਸੀ ਇਹਦਾ ਸਮੂਹਿਕ ਤੌਰ ਦੇ ਉੱਤੇ ਤੁਸੀਂ ਰੋਸ ਪ੍ਰਗਟ ਕੀਤਾ ਸੀ, ਉਹ ਕੌਮੀ ਭਾਵਨਾ ਹੁੰਦੀ ਹੈ। ਕੋਈ ਇੱਕ ਸਿੱਖ ਨਹੀਂ ਸੀ ਗਿਆ ਹੈਗਾ ਉੱਥੇ ਪ੍ਰੋਟੈਸਟ ਕਰਨ ਲਈ, ਹਰ ਘਰ ਦੇ ਵਿੱਚੋਂ ਇੱਕ ਬੱਚਾ ਦੋ ਬੱਚੇ ਬਾਹਰ ਸੜਕਾਂ 'ਤੇ ਆ ਗਏ ਸੀ, ਕਈਆਂ ਦੇ ਕੇਸ ਵੀ ਕਤਲ ਕੀਤੇ ਹੋਏ ਸੀ, ਕਈਆਂ ਦੇ ਕੰਨਾਂ 'ਚ ਮੁੰਦਰਾਂ ਵੀ ਪਾਈਆਂ ਹੋਈਆਂ ਸੀ, ਅਤੇ ਬਹੁਤੇ ਨਿਤਨੇਮ ਨਹੀਂ ਸੀ ਕਰਦੇ, ਬਹੁਤੇ ਰੋਜ਼ ਰੋਜ਼ ਗੁਰੂ ਘਰ ਨਹੀਂ ਸੀ ਆਉਂਦੇ ਹੈਗੇ ਮੱਥਾ ਟੇਕਣ ਲਈ। ਪਰ ਕੀ ਹੋਇਆ ਕਿ ਰੋਸ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹ ਚੇਤਨਾ ਕੌਮੀ ਚੇਤਨਾ ਇਹਨੂੰ ਕਹਿੰਦੇ ਨੇ। ਇਹ ਸਾਡਾ ਰਾਸ਼ਟਰਵਾਦ ਇਹ ਹੈ, ਰਾਸ਼ਟਰਵਾਦ ਮੁਕਾਬਲੇ ਦਾ ਕਹਿ ਰਹੇ ਹਾਂ, ਵੈਸੇ ਸਿੱਖੀ ਦੀ ਭਾਵਨਾ ਹੀ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਸ਼ਬਦ ਹੈ, ਗੁਰੂ ਦਾ ਸਿੱਖ ਹੋਣਾ ਹੀ। ਪਰ ਉਹਦੇ ਮੁਕਾਬਲੇ 'ਤੇ ਮੈਂ ਖੜ੍ਹਾ ਕਰਕੇ ਕਹਿ ਰਿਹਾ ਕਿ ਇਹ ਸਾਡਾ ਰਾਸ਼ਟਰਵਾਦ ਇਸ ਤਰ੍ਹਾਂ ਦਾ, ਇਹਦੇ ਲਈ ਕਿਸੇ ਅੰਦਰ ਕੋਈ ਵਿਸ਼ੇਸ਼ ਤਰ੍ਹਾਂ ਦਾ ਪੰਪ ਭਰਨ ਦੀ ਟੀਕਾ ਲਾਉਣ ਦੀ ਜ਼ਰੂਰਤ ਨਹੀਂ ਹੈ, ਉਹ ਭਾਵਨਾ ਜੁੜੀ ਹੋਈ ਹੈ। ਉਸ ਕੌਮੀ ਚੇਤਨਾ ਨੂੰ ਤੋੜਨ ਦੇ ਲਈ ਦੁਸ਼ਮਣ ਵੱਲੋਂ ਹਮੇਸ਼ਾ ਕੌਮ ਦਾ ਸਮੁੱਚੇ ਰੂਪ 'ਚ ਮਾਨਸਿਕ ਅਧਿਐਨ ਕੀਤਾ ਜਾਂਦਾ ਉਹਨਾਂ ਮਨੋਵਿਗਿਆਨੀਆਂ ਵੱਲੋਂ, ਉਹ ਉਹਨਾਂ ਨੂੰ ਸਾਡੀ ਪ੍ਰਵਿਰਤੀ ਦਾ ਪਤਾ ਚੰਗੀ ਤਰ੍ਹਾਂ। ਅਸੀਂ ਆਪਣੇ ਆਪ ਨੂੰ ਨਹੀਂ ਜਾਣ ਸਕੇ ਹਾਲੇ ਤੱਕ, ਅਸੀਂ ਨਹੀਂ ਜਾਣ ਸਕੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਇੱਕ ਕੌਮੀਅਤ ਦੇ ਤੌਰ ਦੇ ਉੱਤੇ। ਸੁਰਿੰਦਰ ਸਿੰਘ ਆਪਣੇ ਆਪ ਨੂੰ ਆਪਣੇ ਪਰਿਵਾਰ 'ਚ ਜਾਣ ਸਕਦਾ ਕਿ ਸੁਰਿੰਦਰ ਸਿੰਘ ਦਾ ਬੱਚਾ ਜਾਂ ਸੁਰਿੰਦਰ ਸਿੰਘ ਦੀ ਪਤਨੀ ਕੋਈ ਕਿਸੇ ਤਰ੍ਹਾਂ ਦਾ ਐਕਟ ਕਰੇਗੀ, ਸੁਰਿੰਦਰ ਸਿੰਘ ਨੇ ਕਿਵੇਂ ਰਿਐਕਟ ਕਰਨਾ। ਪਰ ਕੌਮੀਅਤ ਦੇ ਤੌਰ ਦੇ ਉੱਤੇ ਅਸੀਂ ਆਪਣੇ ਆਪ ਦਾ ਅਧਿਐਨ ਨਹੀਂ ਕੀਤਾ, ਪੜ੍ਹਿਆ ਨਹੀਂ ਹੈ ਅਸੀਂ ਆਪਣੇ ਆਪ ਨੂੰ, ਦੁਸ਼ਮਣ ਨੇ ਪੜ੍ਹਿਆ ਸਾਨੂੰ, ਉਹਨੇ ਸਾਨੂੰ ਪੜ੍ਹਿਆ, ਉਹਨੇ ਦੁਨੀਆਂ ਦੀਆਂ ਵੱਖ ਵੱਖ ਜਿਹੜੀਆਂ ਰਾਜਨੀਤਿਕ ਤਾਕਤਾਂ ਨੇ, ਧਾਰਮਿਕ ਤਾਕਤਾਂ ਨੇ, ਉਹਨਾਂ 'ਤੇ ਅਧਿਐਨ ਕੀਤੇ ਨੇ। 3000 ਵਿਦਵਾਨ ਜਿਹੜਾ ਹੈ ਉਹਨਾਂ ਦਾ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਇਹੋ ਹੀ ਅਧਿਐਨ ਕਰ ਰਿਹਾ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜਾ ਰਾਮ ਸ਼ਬਦ ਹੈ ਉਸਨੂੰ ਰਾਜਾ ਰਾਮ ਚੰਦਰ ਕਿਵੇਂ ਬਣਾਇਆ ਜਾਵੇ। ਉਹ ਕੋਸ਼ਿਸ਼ ਕਰ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਜਿਹਾ ਕੁਝ ਪਾਇਆ ਜਾਵੇ ਜਿਹੜਾ ਦੁਨਿਆਵੀ ਤਾਕਤਾਂ ਦੇ ਨਾਲ ਸੰਬੰਧ ਰੱਖਦਾ ਹੋਵੇ, ਰੂਹਾਨੀਅਤ ਤੋਂ ਦੂਰ ਹੋਵੇ। ਅਤੇ ਜੇ ਅਸੀਂ ਲਗਾਤਾਰ ਇਸ ਦੇ ਉੱਤੇ ਨਿਗਾਹ ਨਾ ਕੀਤੀ, ਕਿਉਂਕਿ ਅਸੀਂ ਪੜ੍ਹਦੇ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ, ਸਾਨੂੰ ਇਹ
संकल्प लेना चाहिए कि जे असी सिख कहाने हैं तो असी एक बार गुरु ग्रंथ साहब का पाठ जरूर करिए भावें 20 साल लग जाए। जिमें बहुतिया संप्रदावान ने मूँह जहा बन के ना वो लड़ी ला देंगे ने पाठा की पता नहीं लगता नाल दे पाठी भी नहीं आवाज आती होंगी मत्था टेक टेक लोग जाई जाते हैं वो पाठ चलते रहते हैं अखंड पाठ चल रहे हैं। चंगी गल तो होंगी जेकर वो कोतरी चलाते होंगे ने 101 पाठा की लड़ी होंगी चंगी गल ये होंगी कि 101 पाठ करते 101 पाठी सिंह बैठे होंगे पाठ करते तो पहला सिंह जिहड़ा है ग्रंथी सिंह वो पहली तुक उचारदा स्पीकर ते होंदे सारे दूजा सिंह ग्रंथ साहिब चो दूजी तुक उचारदा ते सारे इस तरह लड़ीवार पाठ करदे ते घट्टो घट्ट पता लग जांदा कि सारे गुरु ग्रंथ साहिब इको ही ने इको ही बाणी है उहनां च ते उहनां दीआं लगा मात्रां स्क्रीन ते चलणियां चाहीदियां सी नाल नाल ते अजिहा कोई सुझाव ये तुसी देना उहनां नूं इस दे बारे विचार चर्चा तुसी शुरू करनी है। बहुत सारे पिंडां दे विचों पुराने जिहड़े ग्रंथ साहिब दीआं पीड़ां ने उहनां नूं इह कह के लिजा के संस्कार कर दिता जांदा संस्कार दे नाम ते साड़ दिता जांदा कि जी ये बिरध हो गई है। ये भी एक चिंता का विषय कि मैं थोनों पहले ही दस्या कि बहुत सारिया गल् जिहड़ियां जिवें कि दर्शनी ड्यूटी के दरवाजे बारे जदों गल चुकी जां दरबार साहिब नूं ढा के उच्चा करन दी गल चुकी जदों पाणी उन्होंने पिछों बंद करके ड्रेन मीह दा पाणी उत्थे भर गया सी सरोप परिक्रमा दे विच वह गल चुकी ये साजिशां ने ते राम नूं जिहड़ा राम जपो जी ऐसे ऐसे वह रब दे नाम नाल संबोधन किया राम नूं उस नूं रामचंद्र नाल जोड़न की कोशिश ते होर बहुत कुछ अजिहा जिहड़ा है तुहाडे खिलाफ सोचा जा रहा ते इहदा हल है सारा कुछ कर सकदे हो तुसीं चेतना होनी चाहीदी है तुहाडी उस पद्धर ते तुसीं किवें अपने आप नूं तैयार करदे हो मेरे कहा जां मेरे सुनिया तुसीं इतबार ना करो तुसीं खोज करो आप तुसीं पढ़ो बहुत कुछ है साडे कोल पर बहुते जिहड़े तुसीं तां धन्नवाद करदा मैं तुहाडा सारिआं दा इस गल्लों कि तुसीं मैनूं इत्थे बुला के मैनूं बोलण दा मौका दित्ता होर जिथे किते वी बाहर गुरु घर ने उन्हां दे प्रबंधक ने वह मौका देंदे ने मैनूं मैं बोलदा ते कई कह दिंदे ने उन्हां च फिर भी कि राजनीति की गल ना करो ये बहुत वड्डा पॉइंट है तुसीं सारे नोट करो राजनीति की गल क्यों ना करिए गुरु साहब का जिहड़ा असीं देखदे आ ना बहुते जिहड़े हिंदू विद्वान ने हिंदू लेखक ते इतिहासकार ने उन्हां दी कही हुई गल ते असीं हाँ च हाँ मिलाती उन्हां नूं असीं सिक्केबंद मन लिया उन्हां दी कही हुई गल नूं उह कहिंदे जी गुरु साहब नाल ब्राह्मण का उदों विरोध पैदा होया ब्राह्मण ने उदों इतराज़ किया जदों बाल गुरु नानक देव जी ने जनेऊ पहनण तों इनकार कर दिता ये सिक्केबंद बना के साडे सामने पेश कर दित्ती ते असीं मन ले घटना असीं कह सकदे हां इक पर असल च ये कारण नहीं है विरोध इनू धार्मिक रंग दे के पेश किया गया तां कि दो धर्मां दे लोकां दी एक दूजे प्रति नफरत पैदा होवे वड्डी गिणती दे विच हिंदुआं च यही प्रचार किया जाता कि गुरु नानक ने जनेऊ नहीं पाया उन्हूं पाउणा चाहीदा सी पर गल ये नहीं गल है गुरु ग्रंथ साहिब दे विच बाणी दे विच दर्ज जिहड़ी उहदे पिस्सू पैण दा कारण ब्राह्मण दे वह है राम राज दा जिहड़ा प्रचार करना राम राज दी राम राज नूं वड्डा करके दसना राम राज दे नाम ते रोटियां सेकणियां राम राज नूं इक दुकान दे तौर ते वरतना ब्राह्मण वलों उस दे बराबर जदों गुरु नानक देव जी ने हलेमी राज दा जिहड़ा फलसफा वह पेश किया गड़बड़ उत्थे है वह हलेमी राज नूं मनण तों इनकारी है हलेमी राज अपने आप दे विच खालसा राज दा
ਤੁਹਾਡੇ ਰਾਜ ਦਾ ਤੁਹਾਡੀ ਸਟੇਟ ਦਾ ਨਕਸ਼ਾ ਉਸ ਨੂੰ ਇਸ ਜਿਹੜਾ ਰੂਹਾਨੀਅਤ ਦਾ ਰਾਜ ਹੈ ਸੱਚ ਦਾ ਰਾਜ ਹੈ ਜਿਹੜਾ ਉਸ ਤੋਂ ਖਤਰਾ ਲੱਗਦਾ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਇਹ ਰਾਮ ਰਾਜ ਤੋਂ ਹਜ਼ਾਰ ਗੁਣਾ ਵੱਡਾ ਹੈ ਹਲੇਮੀ ਰਾਜ ਭਗਤ ਰਵਿਦਾਸ ਜੀ ਨੇ ਅੱਗੋਂ ਇਸ ਦਾ ਅਸੀਂ ਦੇਖਦੇ ਹਾਂ ਬਾਣੀ ਦੇ ਵਿੱਚ ਅੱਗੇ ਵਿਆਪਕ ਰੂਪ ਦੇ ਵਿੱਚ ਇਸ ਨੂੰ ਖੋਲ੍ਹ ਕੇ ਦੱਸਿਆ ਉਹੀ ਹੈ ਬੇਗਮਪੁਰਾ ਵੀ ਸੋ ਇਹ ਗੱਲ ਹੈ ਕਿ ਭਾਵੇਂ ਅਸੀਂ ਕਿੰਨਾ ਵੀ ਅਸੀਂ ਵੱਖ ਵੱਖ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਲੋਕਾਂ ਦੇ ਪਿੱਛੇ ਲੱਗੀਏ ਉਹਨਾਂ 'ਚੋਂ ਆਪਣੇ ਲੀਡਰ ਦੀ ਤਲਾਸ਼ ਅਸੀਂ ਕਰਦੇ ਰਹੀਏ ਪਰ ਉਹਦੇ 'ਚੋਂ ਕੁਛ ਨਹੀਂ ਮਿਲਣਾ ਕਿਉਂਕਿ ਉਹ ਹਲੇਮੀ ਰਾਜ ਦੀ ਗੱਲ ਨਹੀਂ ਕਰਦੇ ਕਥਾ ਕਰਦੇ ਹੋਏ ਉਹ ਉਸਦੇ ਅਰਥ ਨਹੀਂ ਦੱਸਦੇ ਉਹ ਬੇਗਮਪੁਰਾ ਨੂੰ ਉਸ ਤਰੀਕੇ ਨਾਲ ਖੋਲ੍ਹਣ ਦੀ ਗੱਲ ਨਹੀਂ ਕਰਦੇ ਉਹਦੇ 'ਚੋਂ ਰਾਜ ਦੀ ਪਰਿਭਾਸ਼ਾ ਹੈ ਰਾਜਨੀਤੀ ਸਭ ਤੋਂ ਵੱਡੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਈ ਹੈ ਗੁਰੂ ਨਾਨਕ ਦੇਵ ਜੀ ਨੇ ਤਾਂ ਗੱਲ ਰਾਜਨੀਤੀ ਤੋਂ ਸ਼ੁਰੂ ਕੀਤੀ ਹੈ ਬਾਬਰ ਨਾਲ ਟੱਕਰ ਲੈਣੀ ਇੱਕ ਆਮ ਮਨੁੱਖ ਜਿਹੜਾ ਇੱਕ ਸਮਾਜਿਕ ਵਰਤਾਰੇ 'ਚੋਂ ਲੰਘ ਰਿਹਾ ਹੋਵੇ ਉਹਦੇ ਵੱਸ ਦੀ ਗੱਲ ਨਹੀਂ ਇੱਕ ਰਾਜਨੀਤਿਕ ਆਗੂ ਹੀ ਬਾਬਰ ਨਾਲ ਟੱਕਰ ਲੈ ਸਕਦਾ ਸੀ ਜਿਹਨੇ ਬਾਬਰ ਨੂੰ ਜਾਬਰ ਕਿਹਾ ਉਸ ਮੌਕੇ 'ਤੇ ਜਿਹੜੇ ਰਾਜੇ ਸਨ ਜਿਹੜੇ ਜਨਤਾ ਨੂੰ ਲੁੱਟ ਰਹੇ ਸਨ ਉਹਨਾਂ ਨੂੰ ਕੁੱਤਿਆਂ ਤੱਕ ਕਿਹਾ ਅਤੇ ਇਸ ਤੋਂ ਵੱਡੀ ਜਿਹੜੀ ਰਾਜਨੀਤਿਕ ਗੱਲ ਹੈ ਕੀ ਹੋ ਸਕਦੀ ਹੈ ਉਹਨਾਂ ਨੇ ਪੂਰੀ ਨਨਕਾਣੇ ਦੀ ਧਰਤੀ ਤੋਂ ਜਿਹੜਾ ਸੂਖਮ ਰੂਪ ਦੇ ਵਿੱਚ ਖਾਲਸੇ ਦੀ ਗੱਲ ਸ਼ੁਰੂ ਕੀਤੀ ਸੀ ਖਾਲਸੇ ਦਾ ਅਸੀਂ ਦੇਖਦੇ ਹਾਂ ਜਨਮ ਹੋਇਆ ਨਨਕਾਣੇ ਦੀ ਧਰਤੀ ਤੋਂ ਉਹ ਸੰਪੂਰਨ ਰੂਪ ਦੇ ਵਿੱਚ ਜਦੋਂ ਅੱਗੇ ਹੁੰਦਾ ਤਾਂ ਉਹ ਆਨੰਦਪੁਰ ਦੀ ਧਰਤੀ ਦੇ ਉੱਤੇ ਸਥੂਲ ਰੂਪ ਦੇ ਵਿੱਚ ਪ੍ਰਗਟ ਹੁੰਦਾ ਜਨਮ ਤਾਂ ਉਹ ਪਹਿਲਾਂ ਲੈ ਚੁੱਕਿਆ ਇਸੇ ਕਰਕੇ ਅਸੀਂ ਕਹਿੰਦੇ ਹਾਂ ਨਾ ਕਿ ਖਾਲਸਾ ਪ੍ਰਗਟ ਦਿਵਸ ਉਹ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪ੍ਰਗਟ ਹੁੰਦਾ ਉਹ ਸੂਖਮ ਰੂਪ ਦੇ ਵਿੱਚ ਵਿਚਾਰ ਦੇ ਰੂਪ ਦੇ ਵਿੱਚ ਸਾਡੇ ਸਾਰੇ ਉਹ 230 ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਗੁਰੂ ਕਾਲ 'ਚ ਉਹ ਹਰਕਤ 'ਚ ਸਾਨੂੰ ਦਿਖਾਈ ਦਿੰਦਾ ਭਾਵੇਂ ਉਹ ਭਾਸ਼ਾ ਸਾਡੀ ਲਿਪੀ ਹੈ ਭਾਵੇਂ ਅਸੀਂ ਸਰੀਰਕ ਤੌਰ 'ਤੇ ਕਿਸੇ ਹਰਕਤ 'ਚ ਆਉਂਦੇ ਹਾਂ ਸ਼ਹਾਦਤ ਹੁੰਦੀ ਹੈ ਪੰਜਵੇਂ ਪਾਤਸ਼ਾਹ ਦੀ ਉੱਥੇ ਪਰਮੇਸ਼ਰ ਕਾ ਥਾਨ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕੀਤਾ ਬਾਣੀ ਦਾ ਸਾਰੀ ਦਾ ਦੱਸ ਦਿੱਤਾ ਕਿ ਈਸਟ ਹੈ ਦਸਵੇਂ ਪਾਤਸ਼ਾਹ ਵੱਲੋਂ ਕਿਹਾ ਜਾਣਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹ ਪੰਜਵੇਂ ਪਾਤਸ਼ਾਹ ਦੇ ਵਚਨ ਪੋਥੀ ਪਰਮੇਸ਼ਰ ਕਾ ਥਾਨ ਦੇ ਵਿੱਚ ਲੁਕੇ ਹੋਏ ਨੇ ਉਹਦੇ ਹੱਥ ਉਹਨਾਂ ਨੇ ਦੱਸ ਦਿੱਤਾ ਸੀ ਕਿ ਇਹ ਸਾਡਾ ਈਸਟ ਹੈ ਸਾਡਾ ਰੱਬ ਹੈ ਅਤੇ ਦਸਵੇਂ ਪਾਤਸ਼ਾਹ ਨੇ ਉਸ ਹੁਕਮ ਦੀ ਹੁਕਮ ਅਦੂਲੀ ਨਹੀਂ ਕੀਤੀ ਉਸ ਦਾ ਪਾਲਣ ਕੀਤਾ ਨਹੀਂ ਤਾਂ ਇਹ ਵੀ ਹੋ ਸਕਦਾ ਸੀ ਕਿ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਜੰਗ ਚੱਲ ਰਹੀ ਸੀ ਉਹ ਰੋਕ ਲੈਂਦੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜਦੋਂ ਜੁਝਾਰ ਸਿੰਘ ਸਾਹਿਬਜ਼ਾਦਾ ਚਮਕੌਰ ਦੀ ਗੜੀ ਦੀ ਫਸੀਲ ਦੇ ਉੱਤੇ ਆਪਣੇ ਵੱਡੇ ਵੀਰ ਨੂੰ ਜਾਂਦਿਆਂ ਦੇਖਦਾ ਪੰਜ ਸਿੰਘਾਂ ਦਾ ਜਥਾ ਲੈ ਕੇ ਉਹਦੀਆਂ ਅੱਖਾਂ ਦੇ ਸਾਹਮਣੇ ਉਹਦਾ ਵੱਡਾ ਵੀਰ ਉਹਦੀ ਛਾਤੀ ਬਰਛਿਆਂ ਨੇਜਿਆਂ ਦੇ ਤੀਰਾਂ ਨਾਲ ਬਿੰਨੀ ਜਾਂਦੀ ਹੈ ਉਹਨੇ ਮੁੜ ਕੇ ਆਪਣੇ ਪਿਤਾ ਵੱਲ ਦੇਖਿਆ ਜਿਹੜੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਖੜ੍ਹੇ ਸਨ ਦਸਮੇਸ਼ ਪਿਤਾ ਤਾਂ ਗੁਰੂ ਸਾਹਿਬ ਮੁਸਕਰਾਏ ਜੁਝਾਰ ਸਿੰਘ ਵੱਲ ਦੇਖ ਕੇ ਉਹ ਫੜ ਕੇ ਆਪਣੀ ਬੁੱਕਲ ਦੇ ਵਿੱਚ ਲੈ ਸਕਦੇ ਸੀ ਉਹਨੂੰ ਕਿ ਇਹ 11ਵਾਂ ਗੁਰੂ ਹੋ ਸਕਦਾ ਉਹ ਮੁਸਕਰਾਏ ਇਸ ਕਰਕੇ ਕਿ ਅੱਜ ਅਜੀਤ ਸਿੰਘ ਪੰਜ ਸਿੰਘਾਂ ਦਾ ਜਥਾ ਲੈ ਕੇ ਗਿਆ ਕੱਲ੍ਹ ਨੂੰ ਜੁਝਾਰ ਸਿੰਘ ਨੇ ਵੀ ਜਾਣਾ ਸੋ ਇਹ ਜਿਹੜਾ ਸ਼ਬਦ ਗੁਰੂ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਇਹਦੇ 'ਤੇ ਕਿੰਤੂ ਪਰੰਤੂ ਅਤੇ ਇਹਨੂੰ ਸਿਰਫ ਅਤੇ ਸਿਰਫ ਇੱਕ ਪੂਜਾ ਦੀ ਵਸਤੂ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਨਾ ਜਾਂ ਉਸ ਰੂਪ ਦੇ ਵਿੱਚ ਸਾਰਾ ਕੁਛ ਕੀਤਾ ਜਾਣਾ ਜੋ ਅਸੀਂ ਕਰਦੇ ਹਾਂ ਇਹ ਸਾਜਿਸ਼ ਦੀ ਜਦੋਂ ਕੋਈ ਗੱਲ ਕਰਦਾ ਤਾਂ ਉਹਦੇ 'ਤੇ ਵੀ ਦੋਸ਼ ਲੱਗਦੇ ਨੇ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਛ ਇਸ ਪੱਧਰ 'ਤੇ ਜਿਹੜਾ ਹੈ
दोष लाए जाते हैं कि वह व्यक्ति जड़ा है वह तुहाडे दरम्यान संगत के दरम्यान आने तो गुरेज कर लग जाता है। पर एक गल का ख्याल रखियो कि जिथे कि भी तुम वसते हो जिथे कि भी तुम हो जदों तक तुम शुद्ध राजनीतिक पैंतड़े नहीं लेंदे ये जो राजनीति के अर्थ नहीं कटते गुरु ग्रंथ साहब चो उन्हें समझते नहीं उन्होंने अपने रोजाना जीवन च लागू नहीं करते उदों तक तुहाडा कोई भला नहीं। जर्मनी च यहूदिया यहूदी भी एवं समझते होंगे सी कि असी इस राज दे विच सुरक्षित आजाद हाँ पूरे दुनिया के जिहड़े यहूदी से उन्होंने समझा समझा थक गए कि आप गुलाम है कि यह जिहड़ी सरकार है तुहाडे नाल घट नहीं करन वाली साडे नाल घट नहीं करन वाली पर वो उत्थे उस वेले आनंद लै रहे सन राजभाग का समा आया तो असी देखिया कि सब तो वड्डा जिहड़ा कतलेआम उन्होंने उत्थे हुंदा भारत के सिख भी जिहड़े समझते सन दिल्ली के सिख समझते सन ये कि असी तो आजाद हाँ जी वो इंदिरा गांधी ने सरोपे भी देंदे सन गुरद्वार बुला बुला के ते इतिहास इस गल का गवाह तो सारा कुछ असी देखिया कि नुकसान उन्होंने सिखा का होया तो पंजाब दे विच सिखा का कि नुकसान होया तो गल बहुत वड्डी होनी सी अपने नाल जेकर विश्व दीआं वड्डीआं ताकतां साडे हक दे विच हा दा नारा ना मारदीआं। 1982 दे विच हाले संत जरनैल सिंह अकाल तख्त वाली नाल दी बिल्डिंग ते नहीं सन गए उस वेले हाले मेहता चौक विखे ही सन पर बिल्कुल उस वेले उत्तराखंड दे विच चक्राता विखे श्री दरबार साहब का मॉडल बना के फौज वालों मशकां कीतीआं जा रहीआं सन। इहदा की भाव है कि संत जरनैल सिंह उत्थे भावें हुंदे भावें ना हुंदे उत्थे सरकार ने हमला करना सी ते दरबार साहब जिहड़ा साडा सब तो मुकद्दस धार्मिक स्थान है गुरु रामदास जी ने जिसकी उसारी करवाई वो गुरु रामदास का घर जिहड़ा चौवरना तो साझा उपदेश दिंदा उन्हूं उन्होंने ढाउणा सी खत्म करना सी ते उदों ध्यान देण वाली गल ये कही है मैं इत्थे कि वह जिहड़ा मॉडल बनाया सी अकाल तख्त का नहीं सी वह दरबार साहब का मॉडल बनाया सी ते तुहाडियां तुहाडे वड्डे भरावां दियां उन्हां लोकां दियां पंजाब दे विच ते पूरे भारत दे विच लिस्टां बनाईयां सन सरकार ने जिन्हां ने अमृत छकिया होया सी ते जिहड़े साबत सूरत सन उन्हां सारे नूं खत्म करना सी। असीं 37 गुरद्वारिआं दी गल करदे आं ना उन्हां ने सारे गुरद्वारे खत्म करने सन ते उन्हां सारे सिखां नूं खत्म करना सी जिहड़े अमृतधारी सन सारिआं दीआं लिस्टां बणीआं होईआं सन पर वड्डियां ताकतां दा जिहड़ा दबाव पैण कारण इह जिहड़ा कतलेआम सी वड्डे पद्धर दा उह रुकिआ बाहरले सिखां ने इह यतन कीते उस दे विच हिस्सा पाया ते तां कर करके श्री दरबार साहिब दी जिहड़ी है उन्होंने प्लान ए नूं बदल के उन्होंने प्लान बी दे तहत अकाल तख्त ते हमला कीता ते बहुत अगे जे चलीए कुछ जिहड़ियां गल्लां जिवें वीर जी ने दसियां ने कि खोज कीती संत जरनैल सिंह दे जीवन ते 1978 तो लैके 1984 तक जो कुछ वापरिया उहदे च कुछ अजिहे चशमदीद सी जिहड़े मौके ते उहनां दे नाल गल कीती कईआं ने कैमरे ते आके गल नहीं कीती कईआं ने आवाज़ नहीं अपनी रिकॉर्ड करवाई क्योंकि डर एक बहुत वड्डी चीज़ है। वो जिहड़ी गल रिकॉर्ड नहीं हुई जां उह जिहड़ी गल कैमरे ते नहीं आ सकी उहदे च कुछ गल्लां सामने आउंदियां ने कि मेरे हिसाब नाल जो मैं जे उसनूं कनकलूड करना चाहां कि सरकार ने जिथे सरकार कई पक्ष तो कम करदी है ए प्लैन बी प्लैन सी प्लैन जे वह भी फेल हो जाए तो होर किहड़ा प्लैन तो सरकार कामयाबी नाल अंजाम दिंदी है तो साढ़े कोल तां कोई प्लैन हुंदा ही नहीं असी जदों रोस प्रगट करना होवे कोई स्टेटमेंट देनी होवे कोई अपना आपा प्रगट करना होवे कोई संघर्ष करना होवे साडे कोल कोई प्लैन नहीं हुंदा सो सानू उस तरीके नाल अपने भविख की रणनीति बनानी पएगी। ओट आसरा तो गुरु ग्रंथ साहिब का लैना ही पएगा वाहिगुरु का ओट आसरा तो लैना ही पएगा। सरकार का पहला ए प्लैन सी दरबार साहिब नूं ढाउणा सिखां नूं कतल करना इस करके सी इह
ਕਿ ਤੁਸੀਂ ਰਾਜਨੀਤਿਕ ਤੌਰ 'ਤੇ ਚੇਤਨ ਨਾ ਹੋਵੋ। ਤੁਹਾਡੇ 'ਚ ਚੇਤਨਾ ਸ਼ੁਰੂ ਕਰ ਦਿੱਤੀ ਸੀ ਸੰਤ ਜਰਨੈਲ ਸਿੰਘ ਨੇ 1978 ਤੋਂ ਹੀ, ਇੱਥੋਂ ਤੱਕ ਕਿ 1975 ਤੋਂ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ। 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਸਾਰੀਆਂ ਸਿੱਖਾਂ ਦੀਆਂ ਧਾਰਮਿਕ ਪਾਰਟੀਆਂ ਵੱਲੋਂ ਪ੍ਰਵਾਨ ਕਰ ਲੈਣਾ ਇੱਕ ਬਹੁਤ ਵੱਡੀ ਗੱਲ ਸੀ। ਉਸ ਅਨੰਦਪੁਰ ਸਾਹਿਬ ਦੇ ਮਤੇ 'ਚ ਇੱਕ ਗੱਲ ਸੀ ਕਿ ਸਿੱਖਾਂ ਦੀ ਆਜ਼ਾਦੀ ਅਤੇ ਸਿੱਖੀ ਦੇ ਬੋਲਬਾਲੇ ਲਈ ਅੰਤ ਤੱਕ ਸੰਘਰਸ਼ ਕਰਦੇ ਰਹਿਣਾ। ਇਹ ਗੱਲ ਅਕਾਲੀ ਦਲ ਦੇ ਪ੍ਰਵਾਨਿਤ ਜਿਹੜਾ 1920 'ਚ ਅਕਾਲੀ ਦਲ ਬਣਿਆ ਸੀ ਉਹਦੇ ਮਨੋਰਥ ਵਿੱਚ ਵੀ ਸ਼ਾਮਲ ਸੀ ਇਹ ਗੱਲ। ਹੁਣ ਸਿੱਖਾਂ ਦੀ ਆਜ਼ਾਦ ਹਸਤੀ ਅਤੇ ਸਿੱਖੀ ਦਾ ਬੋਲਬਾਲਾ ਜਿਹੜਾ ਹੈ, ਬੋਲਬਾਲਾ ਕੀ ਹੁੰਦਾ? ਚਾਰ ਬੰਦੇ ਸ਼ਰਾਬ ਪੀ ਕੇ ਬੱਕਰੇ ਵੀ ਬੁਲਾ ਦਿੰਦੇ ਨੇ, ਚਾਰ ਥਾਵਾਂ 'ਤੇ ਕੋਈ ਬੰਦਾ ਕਹਿੰਦਾ ਕਿ ਪਿੰਡ ਦਾ ਸਰਪੰਚ ਕੋਈ ਜ਼ੋਰਦਾਰ ਬਣ ਜਾਵੇ ਵੱਡੇ ਪਿੰਡ ਦਾ, ਤਾਂ ਚਾਰ ਘਰਾਂ 'ਚ ਉਹਦਾ ਵੀ ਬੋਲਬਾਲਾ ਹੋ ਜਾਂਦਾ। ਉਹ ਵਾਲਾ ਬੋਲਬਾਲਾ ਨਹੀਂ, ਸਿੱਖੀ ਦਾ ਬੋਲਬਾਲਾ। ਸਿੱਖੀ ਦਾ ਬੋਲਬਾਲਾ ਕਿਵੇਂ ਹੁੰਦਾ ਕਿ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਇੱਕ ਵਿਸ਼ਵ ਪੱਧਰ 'ਤੇ ਇੱਕ ਹੋਂਦ ਹੋਵੋ, ਇੱਕ ਵਜੂਦ ਹੋਵੇ ਤੁਹਾਡਾ ਕੋਈ, ਉਹ ਬੋਲਬਾਲੇ ਦੀ ਗੱਲ ਕੀਤੀ ਗਈ ਸੀ ਉਹਦੇ 'ਚ। ਉਹਦੇ 'ਚੋਂ ਸਿਸਟਮ ਨੂੰ ਬੋ ਆਉਂਦੀ ਸੀ ਤੁਹਾਡੇ ਬਾਗੀ ਹੋਣ ਦੀ। ਉਹਨੂੰ ਲੱਗਦਾ ਸੀ ਕਿ ਇਹ ਹਿੰਦੁਸਤਾਨ ਨੂੰ ਖਾ ਜਾਣਗੇ। ਉਹਨੂੰ ਲੱਗਦਾ ਸੀ ਕਿ ਜੇ ਇਹ ਸਰਬੱਤ ਦੇ ਭਲੇ ਦਾ ਮਾਡਲ ਇੱਕ ਉੱਤਰੀ ਭਾਰਤ 'ਚ ਬਣ ਗਿਆ ਤਾਂ ਸਮੁੱਚੇ ਭਾਰਤ ਦੇ ਜਿਹੜੇ ਬਹੁ ਗਿਣਤੀ ਲੋਕ ਹਿੰਦੂ ਵੀ ਨੇ ਉਹ ਵੀ ਅਜਿਹੇ ਸਿਸਟਮ ਦੀ ਮੰਗ ਕਰਨਗੇ, ਕਿਉਂਕਿ ਜਿੱਥੇ ਆਪਣੀਆਂ ਜੜ੍ਹਾਂ ਨੇ, ਪੰਜਾਬ ਦੀ ਗੱਲ ਕਰਦਾ ਜਿੱਥੋਂ ਦੀ ਮੈਂ, ਇਸ ਵੇਲੇ ਵੀ ਹਾਲੇ ਨਸ਼ੇ ਦੇ ਬਾਵਜੂਦ, ਇੰਨੀ ਲੁੱਟ ਦੇ ਬਾਵਜੂਦ, ਇੰਨੀ ਕੁੱਟ ਦੇ ਬਾਵਜੂਦ ਅਸੀਂ ਅਜਿਹੀ ਹਾਲਤ ਦੇ ਵਿੱਚ ਹਾਂ, ਭਾਵੇਂ ਕਿਸੇ ਵੀ ਰੂਪ 'ਚ, ਕਿ ਅਸੀਂ ਉੱਥੋਂ ਦੀ ਜਿਹੜੀ ਇਕੋਨਮੀ ਹੈ, ਉੱਥੋਂ ਦੀ ਜਿਹੜੀ ਆਰਥਿਕਤਾ ਹੈ, ਉਸ ਨੂੰ ਮੁੱਠੀ 'ਚ ਰੱਖਣ ਦੇ ਅਸੀਂ ਸਮਰੱਥ ਹੈ। ਬਿਲਕੁਲ ਉਸ ਵੇਲੇ ਜਦੋਂ ਅੱਜ ਦੇ ਯੁੱਗ ਦੇ ਵਿੱਚ ਉੜੀਸਾ ਅਤੇ ਬਿਹਾਰ ਦੇ ਕਈ ਇਲਾਕੇ ਇਹੋ ਜਿਹੇ ਨੇ ਜਿੱਥੇ ਇੰਨੀ ਗਰੀਬੀ ਹੈ, ਇੰਨੀ ਭੁੱਖਮਰੀ ਹੈ ਕਿ ਉੱਥੋਂ ਦੀ ਔਰਤ ਇੱਕ ਚੌਲਾਂ ਦੀ ਪਲੇਟ ਲਈ ਆਪਣਾ ਜਿਸਮ ਵੇਚ ਦਿੰਦੀ ਹੈ। ਬਿਲਕੁਲ ਉਸੇ ਵੇਲੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਆਰਥਿਕ ਖਾਸਾ ਉਹ ਕੀ ਹੈ? ਦੁਸ਼ਮਣ ਚਾਹੁੰਦਾ ਕਿ ਅਸੀਂ ਬਰਾਬਰ ਹੋ ਜਾਈਏ, ਉਹ ਬਰਾਬਰ ਕਰਨਾ ਚਾਹੁੰਦਾ ਸਾਨੂੰ ਸਾਡੀ ਚੇਤਨਾ 'ਤੇ ਹਮਲਾ ਕਰਕੇ। ਜੋ ਉਹ ਚਾਹੁੰਦਾ ਕਿ ਜੇ ਜੋ ਮੈਂ ਚਾਹੁੰਦਾ ਉਸ ਤਰ੍ਹਾਂ ਤੁਸੀਂ ਸੋਚੋ, ਉਸ ਤਰ੍ਹਾਂ ਤੁਸੀਂ ਕਰੋ। ਇਹ ਕਾਰਨ ਹੈ ਕਿ ਉਹ ਪਲੈਨ ਬਣਾਉਂਦਾ, ਪਲੈਨ ਏ ਹੁੰਦਾ, ਬੀ ਹੁੰਦਾ, ਪਲੈਨ ਏ ਦੇ ਤਹਿਤ ਤੁਹਾਨੂੰ ਉਹਨਾਂ ਤਿੰਨ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਤੁਹਾਡੀ ਬਹੁ ਗਿਣਤੀ ਸੀ ਉੱਥੋਂ ਉਜਾੜਿਆ, ਖਾਲਸੇ ਦੀ ਜਨਮ ਭੂਮੀ ਤੋਂ ਉਜਾੜਿਆ, ਉਸ ਰਾਜ ਦੀਆਂ ਹੱਦਾਂ ਤੋਂ, ਉਹਨਾਂ ਨਿਸ਼ਾਨੀਆਂ ਤੋਂ ਬਾਹਰ ਕੱਢਿਆ ਤੁਹਾਨੂੰ, ਤਾਂ ਕਿ ਤੁਸੀਂ ਦੇਖ ਕੇ ਹੋਕਾ ਨਾ ਲਓ ਕਿ ਇੱਥੇ ਅਸੀਂ ਕਦੇ ਰਾਜ ਕੀਤਾ ਸੀ। ਤੁਹਾਨੂੰ ਵਾਰ ਵਾਰ ਉਹ ਚੇਤੇ ਨਾ ਆਵੇ ਰਾਜ ਖਾਲਸਾ ਸਰਕਾਰ ਦਾ, ਉੱਥੋਂ ਬਾਹਰ ਕੱਢਿਆ ਤੁਸੀਂ, ਹਜ਼ਾਰਾਂ ਏਕੜ, ਲੱਖਾਂ ਏਕੜ ਜ਼ਮੀਨ ਛੱਡੀ ਆਪਣੀ ਤੁਸੀਂ, ਤੁਹਾਨੂੰ ਉਜਾੜਿਆ ਗਿਆ। ਇੱਥੇ ਹੀ ਬਸ ਨਹੀਂ, 6 ਲੱਖ ਸਿੱਖਾਂ ਦਾ ਕਤਲ ਹੋਇਆ 3 ਹਫ਼ਤਿਆਂ 'ਚ, 14 ਅਗਸਤ 1947 ਦੀ ਰਾਤ ਤੋਂ ਲੈ ਕੇ 14 ਅਗਸਤ ਦੇ ਸਤੰਬਰ ਦੇ ਪਹਿਲੇ ਹਫ਼ਤੇ, 3 ਹਫ਼ਤਿਆਂ 'ਚ 6 ਲੱਖ ਸਿੱਖਾਂ ਦਾ ਕਤਲ ਹੋਇਆ, ਸਭ ਤੋਂ ਵੱਡਾ ਕਤਲੇਆਮ ਹੈ, ਛੋਟੇ ਵੱਡੇ ਘੱਲੂਘਾਰਿਆਂ ਤੋਂ ਵੀ ਵੱਡਾ। ਅਤੇ ਸਿਰਫ ਇਸ ਕਰਕੇ ਕੀਤਾ ਗਿਆ। ਇਹ ਹੋਇਆ ਕਦੋਂ ਸ਼ੁਰੂ? ਜਦੋਂ ਤੱਕ ਪਟਿਆਲੇ ਤੋਂ ਇੱਕ ਟ੍ਰੇਨ ਭਰ ਕੇ ਨਹੀਂ ਜਾਂਦੀ ਮੁਸਲਮਾਨਾਂ ਦੀਆਂ ਲਾਸ਼ਾਂ ਦੀ, ਉਦੋਂ ਤੱਕ ਨਹੀਂ ਉਹ ਸ਼ੁਰੂ ਹੁੰਦਾ। ਇਸ ਨੂੰ ਪਲੈਨ ਦੇ ਤਹਿਤ ਕੀਤਾ ਗਿਆ ਤਾਂ ਕਿ ਤੁਸੀਂ ਸਦਾ ਸਦਾ ਲਈ ਉਸ ਸਰਹੱਦ ਦੇ ਨਾਲ ਉਹਨਾਂ ਦੇ ਖਿਲਾਫ ਡਟੇ ਰਹੋ ਜਿਨ੍ਹਾਂ ਦੇ ਨਾਮ 'ਤੇ ਸਾਰਾ ਕੁਛ ਕੀਤਾ ਗਿਆ। ਇਹ ਪਲੈਨ ਇਹ ਸੀ ਤੁਹਾਨੂੰ ਉਜਾੜਨਾ, ਅਤੇ ਕਲਕੱਤੇ ਦੇ ਬਦਲੇ ਨਨਕਾਣਾ ਸਾਹਿਬ ਨੂੰ ਤੁਹਾਥੋਂ ਹਮੇਸ਼ਾ ਹਮੇਸ਼ਾ ਲਈ ਦੂਰ ਕਰ ਦੇਣਾ। ਇਹਨੂੰ ਤੁਸੀਂ ਕਦੇ, ਮੈਨੂੰ ਲੱਗਦਾ ਤੁਹਾਡੇ ਖਿਆਲ 'ਚ ਨਹੀਂ ਆਈ ਹੋਊ ਇਹ ਗੱਲ, ਆਊਗੀ ਕਿਵੇਂ? ਅਸੀਂ ਉੱਧਰ ਤਾਂ ਮੂੰਹ ਹੀ ਨਹੀਂ ਕਰਨਾ ਹੈਗਾ ਕਿਤਾਬ ਦਾ,
ਅਸੀਂ ਅਧਿਐਨ ਨਹੀਂ ਕਰਨਾ ਹੈ, ਅਸੀਂ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਇਸ ਕਰਕੇ ਸਾਡੇ ਚੇਤੇ 'ਚ ਨਹੀਂ ਆਉਣੀ। ਅਤੇ ਇਹਦੇ 'ਚ ਤੁਹਾਡਾ ਹੀ ਕਸੂਰ ਨਹੀਂ, ਦੁਸ਼ਮਣ ਕੁਝ ਪਲੈਨਿੰਗ ਇਸ ਤਰ੍ਹਾਂ ਕਰਦਾ ਕਿ ਤੁਹਾਡਾ ਧਿਆਨ ਨਾ ਜਾਵੇ ਉੱਧਰ। ਅਤੇ 1956 'ਚ ਜਦੋਂ ਤੁਹਾਡਾ ਧਿਆਨ ਜਾਣਾ ਸ਼ੁਰੂ ਹੋਇਆ, ਜਦੋਂ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਉਹ ਕਾਨਫਰੰਸ ਦਾ ਐਲਾਨ ਕੀਤਾ ਕਿ ਅਸੀਂ ਨਹਿਰੂ ਨੂੰ ਯਾਦ ਕਰਾਈਏ ਕਿ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਸਿੱਖਾਂ ਨੂੰ ਉੱਤਰੀ ਭਾਰਤ ਦੇ ਵਿੱਚ ਇੱਕ ਅਜਿਹਾ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿੱਥੇ ਉਹ ਆਪਣੀ ਧਾਰਮਿਕ ਅਤੇ ਰਾਜਨੀਤਿਕ ਜਿਹੜੀ ਆਜ਼ਾਦੀ ਆ ਉਹਦਾ ਨਿੱਘ ਮਾਣ ਸਕਣ। 1956 ਦੇ ਵਿੱਚ ਜਦੋਂ ਤੁਸੀਂ ਉਹ ਕਾਨਫਰੰਸ ਕਰ ਉਸ ਏਜੰਡੇ ਨੂੰ ਲੈ ਕੇ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ, ਤਾਂ 1947 ਤੋਂ ਬਾਅਦ ਜਿਹੜਾ ਅਖੌਤੀ ਤੌਰ 'ਤੇ ਭਾਰਤ ਆਜ਼ਾਦ ਹੋਇਆ, ਪਹਿਲੀ ਵਾਰ ਉਦੋਂ ਦਰਬਾਰ ਸਾਹਿਬ ਦੇ ਵਿੱਚ ਫੌਜ ਅਤੇ ਪੁਲਿਸ ਦਾਖਲ ਹੁੰਦੀ ਹੈ। ਅਤੇ ਤੁਸੀਂ ਫਿਰ ਵੀ ਕਾਫੀ ਅੱਗੇ ਤੱਕ ਆਪਣੀ ਚੇਤਨਾ ਨੂੰ ਲੈ ਕੇ ਗਏ, ਅਤੇ ਉਹ ਚੇਤਨਾ ਜਦੋਂ ਆਜ਼ਾਦ ਰੂਪ ਦੇ ਵਿੱਚ ਇੱਕ ਸਟੇਟ ਦੀ ਮੰਗ ਕਰਨ ਲੱਗਦੀ ਹੈ, ਉਹਦੇ 'ਚੋਂ ਕੁਛ ਲੱਭਣ ਲੱਗਦੀ ਹੈ, ਅਤੇ ਉਸ ਚੇਤਨਾ ਨੂੰ ਖੁੰਡਿਆਂ ਕਰਨ ਦੇ ਲਈ ਪੰਜਾਬੀ ਸੂਬੇ ਦਾ ਮੋਰਚਾ ਲਵਾ ਦਿੱਤਾ ਜਾਂਦਾ ਏਜੰਸੀਆਂ ਵੱਲੋਂ, ਅਤੇ ਤੁਹਾਡਾ ਪੰਜਾਬ ਹੋਰ ਛੋਟਾ ਹੋ ਜਾਂਦਾ, ਸਿਰਫ ਇਸ ਲਈ ਇਹ ਲਾਰਾ ਦੇਣ ਲਈ ਅਕਾਲੀਆਂ ਨੂੰ ਕਿ ਤੁਸੀਂ ਹੁਣ ਬਹੁ ਗਿਣਤੀ ਹੋ ਗਏ ਹੋ, ਇਸ ਸੂਬੇ ਦੇ ਵਿੱਚ ਤੁਹਾਡਾ ਵੋਟਾਂ ਦਾ ਰਾਜ ਸਥਾਪਿਤ ਹੋ ਸਕਦਾ। ਇਹਨੂੰ ਸਮਝਣ ਦਾ ਯਤਨ ਕਰਾਂਗੇ ਇਹ ਗੱਲ, ਤਾਂ ਸਾਡੇ ਫਿੱਟ ਬੈਠੂਗੀ, ਤਾਂ ਸਾਨੂੰ ਹਜ਼ਮ ਹੋਊਗੀ, ਨਹੀਂ ਇਹ ਹਜ਼ਮ ਨਹੀਂ ਹੁੰਦੀ ਗੱਲ ਜਿਹੜੀ ਮੈਂ ਕਹੀ ਹੈ ਤੁਹਾਨੂੰ, ਇਹ ਔਖੀ ਹੈ ਥੋੜ੍ਹੀ ਜਿਹੀ। ਪਲੈਨਿੰਗ ਦੇ ਨਾਲ ਕੀਤਾ ਸਾਰਾ ਕੁਛ, ਤੁਹਾਨੂੰ ਕਿਤਾਬਾਂ ਤੋਂ ਪਲੈਨਿੰਗ ਦੇ ਨਾਲ ਦੂਰ ਕੀਤਾ। ਪਲੈਨ ਇਹ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨਾ, ਦਰਬਾਰ ਸਾਹਿਬ ਨੂੰ ਢਾਉਣਾ, ਅਤੇ ਤੁਹਾਡਾ ਹੀ ਨਾਮ ਲੱਗੇਗਾ ਕਿ ਉਹਨਾਂ ਨੇ ਆਪ ਹੀ ਬੰਬ ਨਾਲ ਉਡਾ ਦਿੱਤਾ ਸਿੱਖਾਂ ਨੇ। ਅਤੇ ਪਲੈਨ ਇਹਦਾ ਇੱਕ ਸਬ ਕਲਾਸ ਸੀ ਕਿ ਸੰਤ ਜਰਨੈਲ ਸਿੰਘ ਨੂੰ ਸਿੱਖਾਂ ਨੇ ਖੁਦ ਹੀ ਮਾਰ ਦਿੱਤਾ ਅੰਦਰੋਂ, ਇਸ ਲਈ ਉਹਨਾਂ ਨੇ ਇੱਕ ਟਰੱਕ ਅਸਲੇ ਦਾ ਭੇਜਿਆ, ਜਿਸ ਟਰੱਕ ਦਾ ਜੇ ਤੁਸੀਂ ਪਿੱਛੇ ਤੁਸੀਂ ਜਿਨ੍ਹਾਂ ਨੇ ਖਬਰਾਂ 'ਤੇ ਨਿਗਾਹ ਮਾਰੀ ਹੋ, ਉੱਥੇ ਇੱਕ ਟਰੱਕ ਜਾਂਦਾ ਅਸਲੇ ਦਾ, ਏਜੰਸੀਆਂ ਵੱਲੋਂ ਵੀ ਦੋਸ਼ ਲਾਇਆ ਜਾਂਦਾ, ਅਤੇ ਅਖਬਾਰਾਂ ਦੇ ਵਿੱਚ ਸਰਕਾਰ ਦੇ ਜਿਹੜੇ ਵੱਡੇ ਅਫਸਰ ਨੇ ਉਹ ਵੀ ਦੋਸ਼ ਲਾਉਂਦੇ ਨੇ ਜੀ ਕਿ ਇਸ ਗੱਲ ਦੇ ਸਬੂਤ ਨੇ ਇੱਕ ਟਰੱਕ ਅਸਲੇ ਦਾ ਅੰਦਰ ਗਿਆ ਬਿਲਕੁਲ ਗਿਆ। ਉਹ ਟਰੱਕ ਸੰਤ ਜਰਨੈਲ ਸਿੰਘ ਦੇ ਅੰਦਰ ਜਿਹੜੇ ਦੁਸ਼ਮਣ ਸਨ ਉਹਨਾਂ ਕੋਲ ਭੇਜਿਆ ਗਿਆ ਸੀ ਸੰਤ ਜਰਨੈਲ ਸਿੰਘ ਨੂੰ ਮਾਰਨ ਦੇ ਲਈ, ਪਰ ਸਮੇਂ ਸਿਰ ਜਿਹੜੀ ਸੰਤ ਜਰਨੈਲ ਸਿੰਘ ਦੀ ਖੁਫੀਆ ਤਾਕਤ ਸੀ ਉਸਨੂੰ ਸਮੇਂ ਸਿਰ ਪਤਾ ਲੱਗਣ 'ਤੇ ਜਨਰਲ ਲਾਭ ਸਿੰਘ ਜਦੋਂ ਸੰਤ ਜਰਨੈਲ ਸਿੰਘ ਕੋਲ ਸਨ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਉਸ ਟਰੱਕ ਅਸਲੇ ਦਾ, ਅਤੇ ਸਾਰਾ ਅਸਲਾ ਜਿਹੜਾ ਦੁਸ਼ਮਣ ਨੇ ਸੰਤਾਂ ਦੇ ਖਿਲਾਫ ਵਰਤਣ ਲਈ ਭੇਜਿਆ ਸੀ ਉਹ ਦੁਸ਼ਮਣ ਦਾ ਪਲੈਨ ਏ ਵੀ ਫੇਲ ਹੋਇਆ, ਦੁਸ਼ਮਣ ਦਾ ਪਲੈਨ ਏ ਦੀ ਜਿਹੜੀ ਸਬ ਕਲਾਸ ਆ ਉਹ ਵੀ ਫੇਲ ਹੋਈ, ਅਤੇ ਪਲੈਨ ਬੀ ਸੀ ਕਿ ਸੰਤ ਜਰਨੈਲ ਸਿੰਘ ਦੌੜਦਾ ਹੋਇਆ ਮਾਰਿਆ ਜਾਵੇ। 6 ਜੂਨ ਤੱਕ, 6 ਜੂਨ ਦੇ ਦੁਪਹਿਰ ਤੱਕ ਅਕਾਲ ਤਖ਼ਤ ਦੇ ਪਿਛਲੇ ਪਾਸੇ ਘੇਰਾ ਸੀ ਜਿਹੜਾ ਫੌਜ ਦਾ ਨਹੀਂ ਸੀ ਤਾਂ ਕਿ ਸੰਤ ਜਰਨੈਲ ਸਿੰਘ ਦੌੜੇ, ਪਰ ਨਿਗਾਹ ਰੱਖੀ ਜਾ ਰਹੀ ਸੀ ਉਸ 'ਤੇ ਕਿ ਦੌੜਦਿਆਂ ਹੋਇਆਂ ਗੋਲੀ ਮਾਰੀ ਜਾਵੇ ਸੰਤ ਜਰਨੈਲ ਸਿੰਘ ਨੂੰ, ਅਤੇ ਮੀਡੀਆ ਦੇ ਵਿੱਚ ਇਹ ਦੱਸਿਆ ਜਾਵੇ ਕਿ ਤੁਹਾਡਾ ਜਰਨੈਲ ਆ ਜਿਹੜਾ ਉਹ ਦੌੜਦਾ ਹੋਇਆ ਮਾਰਿਆ ਗਿਆ। ਇਹ ਪਲੈਨ ਬੀ ਸੀ। ਪਲੈਨ ਸੀ ਸੀ ਫਿਰ ਜੇ ਇਹ ਪਲੈਨ ਵੀ ਫੇਲ ਹੋ ਜਾਵੇ ਕਿ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਦੇ ਭੋਰੇ ਦੇ ਵਿੱਚ ਮਾਰਿਆ ਜਾਵੇ। ਅਕਾਲ ਤਖ਼ਤ ਦੇ ਭੋਰੇ ਦੇ ਵਿੱਚ ਜ਼ਹਿਰੀਲੀਆਂ ਗੈਸਾਂ ਸੁੱਟੀਆਂ ਗਈਆਂ, ਬੰਬ ਸੁੱਟੇ ਗਏ ਕਿ ਉੱਥੇ ਮਾਰਿਆ ਜਾਵੇ। ਦੁਸ਼ਮਣ ਦਾ ਉਹ ਪਲੈਨ ਵੀ ਫੇਲ ਹੁੰਦਾ। ਕੋਈ ਸੰਤ ਜਰਨੈਲ ਸਿੰਘ ਜਿਹੀ ਭਾਵੇਂ ਉਹ ਦੁਨਿਆਵੀ ਸਕੂਲ ਨਹੀਂ ਗਏ, ਉਹਨਾਂ ਗਿਆਨ ਕੋਈ ਸਾਡੇ ਚੋਂ ਕੋਈ ਇਸ ਤਰ੍ਹਾਂ ਕੋਈ ਸੋਚ ਸਕਦਾ, ਹਥਿਆਰਬੰਦ ਲੜਾਈ ਨਾ ਲੜੋ, ਪਰ ਉਸ ਪੱਧਰ 'ਤੇ ਤੁਸੀਂ ਸੋਚ ਸਕਦੇ ਹੋ ਸਰਕਾਰ ਦੇ ਸਾਰੇ ਪਲੈਨ ਫੇਲ ਕਰਨੇ। ਦੁਨੀਆ ਦੀ 7ਵੀਂ ਤਾਕਤ ਰੂਸ ਅਤੇ ਬਰਤਾਨੀਆ ਜਦੋਂ ਸਾਥ ਦੇ ਰਹੇ ਹੋਣ ਉਸਦਾ, ਫਿਰ ਤਾਂ ਪਹਿਲੀ ਤਾਕਤ ਬਣ ਜਾਂਦੀ ਹੈ। ਦੁਨੀਆ ਦੀ ਉਸ ਤਾਕਤ ਨਾਲ ਮੱਥਾ ਲਾਉਣਾ ਅਤੇ ਉਹ ਹਾਰ ਨਹੀਂ ਹੋਈ, ਜਿੱਤ ਹਾਸਲ ਹੋਈ ਕਿਉਂਕਿ ਸਾਰੇ ਪਲੈਨ ਫੇਲ ਹੋਏ। ਜੇ ਭੋਰੇ ਦੇ ਵਿੱਚ ਮਾਰਿਆ ਜਾਂਦਾ ਜਰਨੈਲ ਤਾਂ ਉਹਨੇ ਦੱਸਣਾ ਸੀ ਕਿ ਤੁਹਾਡਾ ਜਰਨੈਲ ਜਿਹਨੂੰ ਤੁਸੀਂ ਜਰਨੈਲ ਕਹਿੰਦੇ ਹੋ, ਆਪਣਾ ਲੀਡਰ ਮੰਨਦੇ ਹੋ,
ਉਹ ਚੂਹੇ ਵਾਂਗੂ ਖੁੱਡ 'ਚ ਵੜਿਆ ਹੋਇਆ ਮਾਰਿਆ ਗਿਆ। ਆਹ ਦੇਖੋ, ਪਰ ਉਹ ਸਾਰੇ ਪਲੈਨ ਫੇਲ ਕਰਦੇ ਹੋਏ ਦੇਖੋ ਤੁਸੀਂ ਗੁਰੂ ਦੀ ਕਿਰਪਾ ਕਿ ਉਹਨਾਂ ਨੇ ਰਣਤੱਤੇ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਆ ਕੇ ਅਰਦਾਸ ਕਰਨ ਤੋਂ ਬਾਅਦ ਜੈਕਾਰਾ ਗਜਾ ਕੇ ਸਾਹਮਣੇ ਸ਼ਹਾਦਤ ਦਿੱਤੀ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਸਿਰਜਣ ਵਾਲੀ ਗੱਲ ਹੈ। ਜੇਕਰ ਉਹਨਾਂ ਨੂੰ ਗਿਆਨ ਨਾ ਹੁੰਦਾ, ਰਾਜਨੀਤੀ ਬਾਰੇ ਗਿਆਨ ਨਾ ਹੁੰਦਾ, ਫਿਰ ਅਜਿਹਾ ਨਹੀਂ ਸੀ ਹੋਣਾ। ਇਹ ਰਾਜਨੀਤਿਕ ਗਿਆਨ ਹੈ, ਗੁਰੂ ਨਾਨਕ ਵਾਲਾ ਗਿਆਨ ਸੀ ਜਿਹੜੀ ਰਾਜਨੀਤੀ ਦੀ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਹੈ। ਅਸੀਂ ਫੜਾ ਮਾਰਦੇ ਹਾਂ ਜੋ ਵੀ ਅਸੀਂ ਗੱਲ ਕਰਦੇ ਹਾਂ ਉਹ ਇਸ ਕਰਕੇ ਕਰਦੇ ਹਾਂ, ਅਸੀਂ ਸਾਨੂੰ ਇਸ ਕਰਕੇ ਮਾਣ ਨਾਲ ਸਾਡਾ ਸਿਰ ਉੱਚਾ ਹੁੰਦਾ ਕਿ ਸੰਤ ਜਰਨੈਲ ਸਿੰਘ ਨੇ ਰਣਤੱਤੇ ਦੇ ਵਿੱਚ ਆ ਕੇ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਿੱਤੀ ਹੈ। ਉਸ ਸ਼ਹਾਦਤ ਨਾਲ ਭਾਵੇਂ ਉਹਨਾਂ ਨੇ ਅਕਾਲ ਤਖ਼ਤ ਢਾਹ ਲਿਆ, ਭਾਵੇਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋਏ, ਸਿੰਘਣੀਆਂ ਸ਼ਹੀਦ ਹੋਈਆਂ, ਬੱਚੇ ਛੋਟੇ ਖੋਹ ਖੋਹ ਕੇ ਮਾਰੇ ਉਹਨਾਂ ਨੇ, ਪਿਆਸ ਨਾਲ ਵੀ ਬਹੁਤ ਮਰੇ, ਗਰਮੀ ਬਹੁਤ ਸੀ ਅਤੇ ਹਥਿਆਰਬੰਦ ਲੜਾਈ ਲੜਨ ਵਾਲੇ ਜਿਹੜੇ ਸੀ ਉਹਨਾਂ 'ਚੋਂ ਸਿਰਫ 10% ਹੀ ਉੱਥੇ ਸ਼ਹਾਦਤ ਦਾ ਜਾਮ ਲੈਂਦੇ ਨੇ, ਬਾਕੀ ਸਾਰੇ ਅਕਾਲ ਤਖ਼ਤ ਦੇ ਪਿੱਛੋਂ ਨਿਕਲਦੇ ਨੇ। ਅਤੇ ਇਹ ਸਾਰਾ ਕੁਛ ਕਰਕੇ ਵੀ ਭਾਰਤ ਹਾਰਦਾ ਉਸ ਲੜਾਈ ਦੇ ਵਿੱਚ। ਕਦੇ ਇਸ ਨੂੰ ਅਸੀਂ ਉਸ ਤਰੀਕੇ ਨਾਲ ਵਿਚਾਰਿਆ ਨਹੀਂ ਇਸ ਲੜਾਈ ਨੂੰ, ਜਿੰਨਾ ਸਾਨੂੰ ਸਿਧਾਂਤਕ ਤੌਰ ਦੇ ਉੱਤੇ ਅਤੇ ਫਿਲਾਸਫੀਕਲ ਫਰੰਟ ਦੇ ਉੱਤੇ ਉਸ ਪੱਧਰ 'ਤੇ ਸਾਨੂੰ ਉਸ ਲੜਾਈ ਨੇ ਤਾਕਤ ਦਿੱਤੀ। ਹਾਲੇ ਤੱਕ ਕਿਸੇ ਵੀ ਲੜਾਈ ਨੇ ਇੰਨੀ ਤਾਕਤ ਨਹੀਂ ਸੀ ਦਿੱਤੀ ਸਾਨੂੰ। ਸੋ ਇਹਦਾ ਭਾਵ ਇਹ ਹੈ ਕਿ ਅਸੀਂ ਉਸ ਲੜਾਈ 'ਚ ਜਿੱਤ ਹਾਸਲ ਕੀਤੀ, ਦੁਸ਼ਮਣ ਇਸ ਲੜਾਈ 'ਚ ਹਾਰਿਆ। ਅਤੇ ਇਹ ਹਾਰ ਦੁਸ਼ਮਣ ਦੇ ਲਈ ਕਾਫੀ ਘਾਤਕ ਸੀ। ਉਸਨੇ ਮੁਲਾਂਕਣ ਕੀਤਾ, ਅਧਿਐਨ ਕੀਤਾ, ਰਿਸਰਚ ਕੀਤੀ ਅਤੇ ਉਹਨੇ ਤੁਹਾਨੂੰ ਦੁਬਾਰਾ ਤੋਂ ਪੜ੍ਹਨਾ ਸ਼ੁਰੂ ਕੀਤਾ। ਸੋ ਉਸਨੇ ਤੁਹਾਨੂੰ ਕਿਤਾਬਾਂ ਤੋਂ ਦੂਰ ਕੀਤਾ, ਸਭ ਤੋਂ ਪਹਿਲਾਂ ਉਸਨੇ ਤੁਹਾਨੂੰ ਗੁਰੂ ਤੋਂ ਤੋੜਿਆ। ਇਹ ਗੱਲ ਨੂੰ ਜੇ ਆਪਾਂ ਸਮਝ ਜਾਵਾਂਗੇ ਤਾਂ ਇਸੇ ਗੱਲ 'ਚੋਂ ਸਾਰਾ ਕੁਛ ਨਿਕਲਣਾ। ਜਿਵੇਂ ਮੈਂ ਕਿਹਾ ਨਾ ਕਿ ਅੱਜ ਸਿੱਖ ਕਿੱਥੇ ਖੜਾ, ਇੱਕ ਸੱਜਣ ਮੈਨੂੰ ਮਿਲੇ, ਜਿਵੇਂ ਹੁਣ ਆਪਾਂ ਗੱਲਾਂ ਕਰ ਰਹੇ ਹਾਂ ਕਿ ਇੱਦਾਂ ਜਾਣਾ ਸੀ ਬੋਲਣ, ਉਹ ਗੱਡੀ 'ਚ ਲੈ ਕੇ ਮੈਨੂੰ ਉਹ ਕਹਿੰਦਾ ਸੁਰਿੰਦਰ ਸਿੰਘ ਜੀ ਤੁਸੀਂ ਪੱਤਰਕਾਰ ਹੋ, ਬਹੁਤ ਵਧੀਆ ਕਰਦੇ ਹੋ, ਮੈਂ ਤੁਹਾਨੂੰ ਦੇਖਦਾ, ਮੈਂ ਨੋਟ ਕਰਦਾ, ਵਾਚ ਕਰਦਾ ਤੁਹਾਨੂੰ, ਇੱਕ ਗੱਲ ਦਾ ਮੈਨੂੰ ਜਵਾਬ ਦਿਓ ਵੀ ਜਿਹੜਾ ਇਹ ਜੇਲ੍ਹ 'ਚ ਇਸ ਟਾਈਮ ਸਰਸੇ ਵਾਲਾ, ਵੀ ਮੈਂ ਸੁਣਿਆ ਵੀ ਇਹ ਨਕਲੀ ਹੈ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਤੇਰੀ ਮੱਤ ਉੱਥੇ ਹੀ ਹੈ ਵੀ ਤੂੰ, ਮੈਨੂੰ ਤਾਂ ਸਿੱਖ ਲੱਗਦਾ ਨਹੀਂ ਹੈਗਾ, ਵੀ ਤੇਰੀ ਮੱਤ ਕਿੱਥੇ ਹੋਣੀ ਚਾਹੀਦੀ ਸੀ ਅਤੇ ਤੂੰ ਸੋਚ ਕੀ ਰਿਹਾ। ਤੈਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਸਿੱਖਾਂ ਨੂੰ ਇਸ ਵੇਲੇ ਕੋਈ ਲੀਡਰ ਮਿਲੇਗਾ ਜਾਂ ਕੋਈ ਅਜਿਹਾ ਵਿਅਕਤੀ ਹੈ ਜਿਹੜਾ ਤੁਹਾਨੂੰ ਆਪਾਂ ਨੂੰ ਲੀਡ ਕਰ ਸਕਦਾ, ਜਾਂ ਸਾਡੇ ਸੰਘਰਸ਼ ਕਰਨ ਦੇ ਤਰੀਕੇ ਕਿਹੜੇ ਹੋਣੇ ਚਾਹੀਦੇ ਨੇ। ਮੈਂ ਕਿਹਾ ਤੂੰ ਪੁੱਛਿਆ ਕਿ ਸਿਰਸੇ ਵਾਲਾ ਨਕਲੀ ਹੈ ਕਿ ਅਸਲੀ ਹੈ। ਦੇਖੋ ਸਾਡੇ ਵਿੱਚ ਇਹੋ ਜਿਹੇ ਵੀ ਲੋਕ ਹੈਗੇ ਨੇ, ਫਿਰ ਆਪਣੇ ਆਪ 'ਤੇ ਵੀ ਤਰਸ ਆਉਂਦਾ ਕਿ ਐਵੇਂ ਜਾ ਕੇ ਬੋਲੀ ਜਾਂਦੇ ਹਾਂ, ਕੋਈ ਕਿਸੇ 'ਤੇ ਅਸਰ ਤਾਂ ਹੁੰਦਾ ਨਹੀਂ, ਜਾਂ ਕਹਿ ਲਓ ਕਿ ਕੋਈ ਉਸ ਤਰੀਕੇ ਨਾਲ ਸਮਝਦਾ ਨਹੀਂ ਹੈ। ਗੱਲਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਬਹੁਤ ਕਰਦੇ ਨੇ ਸਾਡੇ ਵੱਡੇ ਭਰਾ ਅਜਮੇਰ ਸਿੰਘ ਹੋਰੀ ਵੀ ਕਰਦੇ ਨੇ ਅਤੇ ਹੋਰ ਵੀ ਸਾਡੇ ਜਿਹੜੇ ਇਤਿਹਾਸਕਾਰ ਨੇ ਸੁਖਪ੍ਰੀਤ ਸਿੰਘ ਉਦੋਕੇ ਨੇ ਉਹ ਵੀ ਲੱਗੇ ਹੋਏ ਨੇ। ਕਿਤੇ ਕਿਤੇ ਚੇਤਨਾ ਜਾਗ ਰਹੀ ਹੈ, ਜੇ ਜਾਗ ਰਹੀ ਹੈ ਤਾਂ ਹੀ ਉਸ ਪੱਧਰ 'ਤੇ ਅਸੀਂ ਦੇਖਦੇ ਹਾਂ, ਉਹਦੇ ਨਤੀਜੇ ਵੀ ਕਿਤੇ ਕਿਤੇ ਨਿਕਲਣੇ ਸ਼ੁਰੂ ਹੋਏ ਨੇ। ਬਹੁਤ ਸਾਰੇ ਲੋਕ ਇਹਨਾਂ ਗੱਲਾਂ ਤੋਂ ਪਿੱਛੇ ਹਟ ਰਹੇ ਨੇ ਜਿਹੜੀਆਂ ਪ੍ਰਚਾਰਕਾਂ ਵਾਲੀਆਂ ਨੇ। ਜਿਹੜਾ ਵੀ ਪ੍ਰਚਾਰਕ ਰਾਜਨੀਤੀ ਦੀ ਗੱਲ ਨਹੀਂ ਕਰਦਾ ਹੈ, ਜਿਹੜਾ ਪ੍ਰਚਾਰਕ ਇਹ ਨਹੀਂ ਦੱਸਦਾ ਕਿ ਗੁਰੂ ਸਾਹਿਬ ਨੇ ਸਭ ਤੋਂ ਵੱਧ ਜੰਗਾਂ ਕਿਹਦੇ ਖਿਲਾਫ ਲੜੀਆਂ, ਉਹਨਾਂ ਜੰਗਾਂ ਦੇ ਕਾਰਨ ਕੀ ਸਨ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨ ਕੀ ਸਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਕੀ ਕਾਰਨ ਸਨ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੀ ਕਾਰਨ ਸਨ, ਇਹ ਕਾਰਨ ਨਹੀਂ ਨਾ ਦੱਸਦਾ ਜਿਹੜਾ ਪ੍ਰਚਾਰਕ, ਉਹ ਸਰਕਾਰੀ ਹੈ। ਅਤੇ ਜਿਹੜਾ ਪ੍ਰਚਾਰਕ
ਗੁਰੂ ਨਾਨਕ ਦੇਵ ਜੀ ਦੀ ਜਿਹੜੀ ਗੱਲ ਆ ਕਿ ਬਾਬਰ ਨੂੰ ਜਾਬਰ ਨਹੀਂ ਕਹਿੰਦਾ, ਜਿਹੜੇ ਉਸ ਕਿਸਮ ਦੇ ਜਨਤਾ 'ਤੇ ਜ਼ੁਲਮ ਕਰਨ ਵਾਲੇ ਨੇ, ਸਿੱਖਾਂ 'ਤੇ ਜ਼ੁਲਮ ਕਰਨ ਵਾਲੇ ਨੇ, ਉਹ ਰਾਜਿਆਂ ਨੂੰ ਕੁੱਤੇ ਨਹੀਂ ਕਹਿੰਦਾ, ਉਹ ਸਰਕਾਰੀ ਹੈ। ਅਤੇ ਕੁਛ ਜ਼ਿੰਦਾਬਾਦ ਵਾਲੇ ਵੀ ਨੇ, ਕੁਛ ਨਾਅਰੇ ਲਾਉਂਦੇ ਨੇ, ਠੀਕ ਹੈ, ਉਹ ਨਾਅਰਿਆਂ ਦੇ ਵਿੱਚੋਂ ਕਾਫੀ ਕੁਛ ਨਿਕਲਦਾ ਵੀ ਹੈ। ਉਹ ਲੀਡਰ ਤੁਹਾਨੂੰ ਨਾਅਰੇ ਲਾਉਣ ਲਈ ਕਹਿੰਦੇ ਨੇ। ਨਾਅਰਾ ਕੀ ਹੈ? ਮੰਜ਼ਿਲ ਹੈ ਇੱਕ ਸਾਡੀ, ਦੱਸਦੇ ਨੇ ਕਿ ਅਸੀਂ ਆਪਣਾ ਅਜਿਹਾ ਦੇਸ਼ ਕਾਲ ਘੜਨਾ ਜਿੱਥੇ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਹੋਵੇ, ਜਿੱਥੇ ਸਾਡੀ ਭੈਣ ਮਾਂ ਸੁਰੱਖਿਅਤ ਹੋਵੇ, ਅਤੇ ਜਿੱਥੇ ਅਸੀਂ ਆਪਣੀ ਪੱਗ ਆ ਜਿਹੜੀ ਉਹਨੂੰ ਅਸੀਂ ਸੁਰੱਖਿਅਤ ਮਹਿਸੂਸ ਕਰੀਏ, ਅਤੇ ਜਿੱਥੇ ਸਰਬੱਤ ਦਾ ਭਲਾ ਹੋਵੇ, ਹਰ ਕੌਮ ਦਾ ਬੰਦਾ ਉੱਥੇ ਰਹਿ ਸਕਦਾ ਹੋਵੇ। ਉਹ ਗੱਲ ਕਰਦੇ ਨੇ, ਪਰ ਉਸ ਮੰਜ਼ਿਲ ਦਿਖਾ ਰਹੇ ਨੇ ਤੁਹਾਨੂੰ, ਉਸ ਮੰਜ਼ਿਲ 'ਤੇ ਪਹੁੰਚਣ ਦਾ ਰਸਤਾ ਨਹੀਂ ਦੱਸ ਰਹੇ। ਇੱਕ ਮੰਜ਼ਿਲ ਉਹਨਾਂ ਨੇ ਦਿਖਾ ਦਿੱਤੀ, ਉਸ ਮੰਜ਼ਿਲ 'ਤੇ ਪਹੁੰਚਣ ਦਾ ਰਾਹ ਨਹੀਂ ਦੱਸ ਰਹੇ ਕਿ ਕਿਸੇ ਪਗਡੰਡੀ ਤੋਂ ਜਾਣਾ, ਰਸਤੇ 'ਚ ਟੈਂਟ ਲਾਉਣਾ ਪੈਣਾ, ਕਿੰਨੇ ਪਾਣੀ ਦੀ ਜ਼ਰੂਰਤ ਹੈ, ਕਿੰਨਾ ਖਾਣ ਪੀਣ ਦਾ ਸਮਾਨ ਚਾਹੀਦਾ, ਰਸਤੇ ਵਿੱਚ ਕੋਈ ਕਿਸ ਤਰ੍ਹਾਂ ਦੇ ਜੀਵ ਜੰਤੂ ਮਿਲਣਗੇ, ਕਿਸ ਤਰ੍ਹਾਂ ਦੀਆਂ ਰੁਕਾਵਟਾਂ ਆਉਣਗੀਆਂ, ਅਤੇ ਉਹ ਉਹਨਾਂ ਰੁਕਾਵਟਾਂ ਨੂੰ ਸਰ ਕਰਨ ਦੇ ਲਈ ਉਹ ਕੀ ਕਰਨਗੇ ਤੁਹਾਡੇ ਲਈ, ਉਹ ਕਿੱਥੋਂ ਕੁ ਤੱਕ ਤੁਹਾਡੇ ਨਾਲ ਜਾਣਗੇ, ਜਾਂ ਉਹ ਹੈਲੀਕਾਪਟਰ ਰਾਹੀਂ ਉਸ ਟੀਸੀ 'ਤੇ ਪਹੁੰਚ ਕੇ ਤੁਹਾਡੀ ਵੇਟ ਕਰਨਗੇ, ਇੰਤਜ਼ਾਰ ਕਰਨਗੇ। ਉਹ ਰਾਹ ਬਾਰੇ ਨਹੀਂ ਦੱਸ ਰਹੇ, ਉਹ ਵੀ ਸਰਕਾਰੀ ਨੇ, ਇਹ ਖਿਆਲ ਰੱਖਿਓ। ਅਤੇ ਜੇਕਰ ਅਸੀਂ ਇਹ ਦੋ ਤਿੰਨ ਗੱਲਾਂ ਸਮਝ ਗਏ ਤਾਂ ਫਿਰ ਤਾਂ ਸਾਡੀ ਖੁਲਾਸੀ ਹੈ, ਨਹੀਂ ਤਾਂ ਅਸੀਂ ਫਿਰ ਆਵਾਜ਼ਾਰੀ ਫਸੇ ਰਵਾਂਗੇ। ਅਤੇ ਉਹੀ ਗੱਲ ਆ ਜਾਂਦੀ ਹੈ ਜਦੋਂ ਗਾਇਕਾਂ ਵਾਲੀ ਗੱਲ, ਕਾਮਰੇਡਾਂ ਦੀ ਗੱਲ, ਜਿਹੜੇ ਸਿੱਖੀ ਦੇ ਮਾਰੂ ਹਮਲੇ ਕਰ ਰਹੇ ਨੇ, ਉਹਨਾਂ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ, ਜਵਾਬ ਦੇਵਾਂਗੇ ਕਿਵੇਂ, ਪੜ੍ਹੇ ਨਹੀਂ ਹਨ। ਅਤੇ ਉਹਨਾਂ ਨੂੰ ਉਸ ਚਰਚਾ ਨੂੰ ਜਿਹੜੇ ਸੁਣ ਰਹੇ ਨੇ, ਦੇਖ ਰਹੇ ਨੇ ਸੋਸ਼ਲ ਮੀਡੀਆ 'ਤੇ, ਉਹ ਫਿਰ ਸਾਡੇ ਨਾਲ ਕਿਉਂ ਲੱਗਣਗੇ? ਉਹ ਤਾਂ ਫਿਰ ਉਸਦੇ ਨਾਲ ਲੱਗਣਗੇ ਜਿਹੜਾ ਉਸ ਚਰਚਾ 'ਚ ਜਿੱਤ ਰਿਹਾ, ਅਸੀਂ ਜਵਾਬ ਨਹੀਂ ਦਿੱਤੇ ਪਾ ਰਹੇ। ਅਤੇ ਫਿਰ ਕੀ ਹੈ, ਉਹ ਹਨੇਰੀ ਹੈ, ਇੱਕ ਸੁੰਡੀ ਹੁੰਦੀ ਹੈ ਨਾ, ਇੱਕ ਆਣ ਕਹਿੰਦੇ ਆ, ਉਹ ਆਣ ਵਾਂਗੂ ਕੰਮ ਕਰ ਰਹੀ ਹੈ ਜਿਹੜੀ ਉਹ ਵਿਚਾਰਧਾਰਾ ਦੁਸ਼ਮਣ ਦੀ। ਅਤੇ ਉਹਦੇ 'ਚ ਫਿਰ ਜਿਹੜੇ ਸਾਡੇ ਨਾਇਕ ਨੇ, ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ, ਜਾਂ ਅਕਾਲੀ ਫੁੱਲਾ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੀ ਥਾਂ 'ਤੇ ਕੀ ਹੈ, ਕੇ ਪੀ ਗਿੱਲ, ਬੱਸਾ ਰੰਗੜ, ਕੇ ਐੱਸ ਬਰਾੜ, ਬੇਦਾ ਬੁੱਚੜ, ਉਹਨਾਂ ਦੀ ਥਾਂ 'ਤੇ ਉਹ ਨਾਇਕ ਹੋਣਗੇ। ਸੋ ਸਾਨੂੰ ਸੋਚਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ, ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਅਸੀਂ ਮਨੁੱਖ ਜਾਤੀ ਦੇ ਖਿਲਾਫ ਨਹੀਂ, ਅਸੀਂ ਜੀਵ ਜੰਤੂਆਂ ਨੂੰ ਵੀ ਪਿਆਰ ਕਰਦੇ ਹਾਂ, ਮਨੁੱਖ ਨੂੰ ਵੀ ਪਿਆਰ ਕਰਦੇ ਹਾਂ, ਹਰ ਕੌਮ ਅਤੇ ਧਰਮ ਦਾ ਸਤਿਕਾਰ ਕਰਦੇ ਹਾਂ। ਅਤੇ ਉਸ ਮਾਹੌਲ ਦੇ ਵਿੱਚ, ਉਸਦੇ ਬਾਵਜੂਦ ਤੁਸੀਂ ਇਹ ਗੱਲ ਦੱਸ ਨਹੀਂ ਸਕੇ, ਪ੍ਰੈਜੈਂਟ ਨਹੀਂ ਕਰ ਸਕੇ ਆਪਣੀ, ਕਿ ਅਸੀਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਾਂ, ਅਸੀਂ ਹਰ ਧਰਮ ਅਤੇ ਕੌਮ ਦਾ ਸਤਿਕਾਰ ਕਰਦੇ ਹਾਂ। ਉਹਨੇ ਲਗਾਤਾਰ ਤੁਹਾਡੇ 'ਤੇ ਹਮਲਾ ਕੀਤਾ ਤਾਂ ਕਿ ਤੁਸੀਂ ਇਹ ਦੱਸ ਹੀ ਨਾ ਸਕੋ, ਤੁਸੀਂ ਹਮਲੇ ਬਚਾਉਣ 'ਤੇ ਲੱਗੇ ਹੋਏ ਹੋ, ਹਮਲੇ ਬਚਾਉਣ 'ਤੇ ਲੱਗੇ ਹੋਏ। ਤੁਸੀਂ ਕਹੋ ਬ੍ਰਾਹਮਣ ਨੂੰ, ਸਿੱਧਾ ਆਪਣੇ 'ਤੇ ਹਮਲਾ ਹੋ ਰਿਹਾ, ਉਹਨੂੰ ਬੈਕਫੁੱਟ 'ਤੇ ਕਰੋ, ਉਹ ਡਿਫੈਂਡ ਕਰੇ ਆਪਣੇ ਆਪ ਨੂੰ। ਤੁਸੀਂ ਕਹੋ ਬ੍ਰਾਹਮਣ ਨੂੰ ਕਿ ਤੁਲਸੀਦਾਸ ਦੀ ਰਮਾਇਣ ਤਾਂ ਹਜ਼ਾਰਾਂ ਸਾਲ ਬਾਅਦ 'ਚ ਲਿਖੀ ਗਈ ਹੈ, ਵਾਲਮੀਕ ਦੀ ਪਹਿਲਾਂ ਲਿਖੀ ਗਈ ਹੈ ਰਮਾਇਣ, ਵਾਲਮੀਕ ਦੀ ਰਮਾਇਣ ਦੇ ਮੁਤਾਬਕ ਰਾਮ ਚੰਦਰ ਮਰਿਆਦਾ ਪੁਰਸ਼ੋਤਮ ਨਹੀਂ ਹੈ, ਵਾਲਮੀਕ ਦੀ ਰਮਾਇਣ ਦੇ ਮੁਤਾਬਕ ਉਹ ਗਾਂ ਦਾ ਮਾਸ ਖਾ ਰਿਹਾ, ਉਹ ਨਾਚ ਗਾਣਾ ਵੀ ਦੇਖ ਰਿਹਾ, ਸੀਤਾ ਉਸਨੂੰ ਸ਼ਰਾਬ ਵੀ ਪਿਆ ਰਹੀ ਹੈ, ਤੇ ਵਾਲਮੀਕ ਦੇ ਰਮਾਇਣ ਦੇ ਮੁਤਾਬਕ ਉਹ ਸ਼ੰਭੂਕ ਰਿਸ਼ੀ ਦਾ ਕਤਲ ਵੀ ਕਰਦਾ, ਇਸ ਕਰਕੇ ਕਰਦਾ ਕਿ ਦਲਿਤ ਨੂੰ ਆਗਿਆ ਨਹੀਂ ਭਗਤੀ ਕਰਨ ਦੀ। ਉਹ ਤਾਂ ਕਰੋਗੇ ਤੁਸੀਂ ਜੇ ਤੁਸੀਂ ਪੜ੍ਹੇ ਹੋਵੋਗੇ। ਸ਼ਿਵ ਪੁਰਾਣ ਦੇ ਵਿੱਚ ਜੋ ਲਿਖਿਆ ਕਿਸ ਰੂਪ ਦੇ ਵਿੱਚ, ਉਹ ਤੁਸੀਂ ਤਾਂ ਦੱਸੋਗੇ, ਉਹ ਜਿਵੇਂ ਗਿਆਨੀ ਦਿੱਤ ਸਿੰਘ ਹੋਰਾਂ ਨੇ ਕਿਹਾ ਸੀ, ਸਵਾਮੀ ਦਯਾਨੰਦ ਨੂੰ ਭਜਾਇਆ ਸੀ, ਉਹ ਸ਼ਿਵ ਪੁਰਾਣ ਦੇ ਉੱਤੇ ਬਹਿਸ ਨਹੀਂ ਸੀ ਕਰ ਸਕਿਆ। ਗੀਤਾ ਚ ਅਰਜਨ ਕਹਿੰਦਾ ਵੀ ਸਾਡੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਸੋਇਆ,
ਸਾਡੇ ਰਾਜ ਦੇ ਵਿੱਚ ਔਰਤ ਦਾ ਸਤਿਕਾਰ ਹੁੰਦਾ ਸੀ, ਸਾਡੇ ਰਾਜ ਦੇ ਵਿੱਚ ਹਰ ਬੰਦਾ ਖੁਸ਼ਹਾਲ ਸੀ, ਸਾਡੇ 'ਚ ਆਪਸੀ ਪ੍ਰੇਮ ਪਿਆਰ ਰਹਿੰਦਾ ਸੀ। ਅੱਜ ਅਸੀਂ ਕਿਸ ਵਿਹਾਰ 'ਤੇ ਖੜ੍ਹੇ ਹਾਂ? ਮੈਨੂੰ ਇਸ ਗੱਲ ਦਾ ਜਵਾਬ ਦੇ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਮੈਂ ਤਾਂ ਲੜਾਂਗਾ, ਨਹੀਂ ਤਾਂ ਮੈਂ ਲੜਦਾ ਨਹੀਂ। ਉਹ ਕਿਤਾਬੀ ਗਿਆਨ ਹੈ। ਜੇ ਉਹ ਇਸ ਤਰ੍ਹਾਂ ਦਾ ਕੋਈ ਯੁੱਧ ਹੋਇਆ ਜਾਂ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ, ਉਹਨੂੰ ਉਹ ਆਪ ਮਿਥਿਹਾਸ ਮੰਨਦਾ। ਸੋ ਉਹ ਜਵਾਬ ਕੀ ਦਿੰਦਾ? ਕਹਿੰਦਾ ਕਿ ਤੇਰੇ ਕੋਲੋਂ ਸੁਣਿਆ ਨਹੀਂ ਜਾਊਗਾ ਜੇ ਮੈਂ ਸੱਚ ਦੱਸੂੰਗਾ। ਉਹ ਕਹਿੰਦਾ ਮੈਂ ਤਿਆਰ ਹਾਂ। ਬਹੁਤ ਬਹਿਸ ਹੁੰਦੀ ਹੈ, ਫਿਰ ਕਾਫੀ ਦੇਰ ਤੋਂ ਬਾਅਦ ਉਹ ਦੱਸਦਾ। ਉਹ ਕਹਿੰਦਾ ਕਿ ਅੱਜ ਤੁਹਾਡੇ ਘਰ ਦੇ ਵਿੱਚ ਔਰਤ ਦੀ ਬੇਇੱਜ਼ਤੀ ਹੋਈ ਹੈ, ਕਿੱਥੇ ਤੁਹਾਡੇ ਰਾਜ ਦੇ ਵਿੱਚ ਨਹੀਂ ਸੀ ਹੁੰਦੀ? ਅੱਜ ਤੁਸੀਂ ਆਪ ਭੁੱਖ ਨਾਲ ਲੜ ਰਹੇ ਹੋ, ਕਿੱਥੇ ਤੁਹਾਡੇ ਰਾਜ ਦਾ ਵੀ ਕੋਈ ਬੰਦਾ ਭੁੱਖਾ ਨਹੀਂ ਸੀ ਸੌਂਦਾ? ਤੇ ਤੂੰ ਖੂਨ 'ਚ, ਕਤਲ 'ਚ ਜਾਂ ਹੋਰ, ਤੇਰੇ 'ਤੇ ਭੂਤ ਇੰਨਾ ਸਵਾਰ ਹੈ ਤੇਰੇ ਦਿਮਾਗ 'ਤੇ ਕਿ ਤੂੰ ਆਪਣੇ ਭਰਾਵਾਂ ਦਾ ਕਤਲ ਕਰਨ ਜਾ ਰਹੇ ਹੋ। ਉਹ ਕਹਿੰਦਾ ਹਾਂ, ਇਹੋ ਹੀ ਤਾਂ ਸਵਾਲ ਹੈ। ਕਹਿੰਦਾ ਇਸ ਸਭ ਕੁਝ ਲਈ ਮੈਂ ਜ਼ਿੰਮੇਵਾਰ ਹਾਂ। ਉਹ ਕਹਿੰਦਾ ਤੂੰ ਕਿਵੇਂ ਜ਼ਿੰਮੇਵਾਰ ਹੈ? ਤੂੰ ਤਾਂ ਬਹੁਤ ਪਾਪ ਕਮਾਇਆ, ਤੂੰ ਸਾਨੂੰ ਇੰਨਾ ਤੰਗ ਕਰਕੇ, ਸਾਡਾ ਇਹ ਸਾਰਾ ਕੁਛ ਕਰਕੇ। ਉਹ ਕਹਿੰਦਾ ਵੀ ਤੁਹਾਡਾ ਰਾਜ ਨੇਕ ਰਾਜ ਸੀ, ਉਸ ਰਾਜ ਦੇ ਵਿੱਚ ਮੇਰੀ ਪੁੱਛ ਪ੍ਰਤੀਤ ਨਹੀਂ ਸੀ। ਇੰਨਾ ਵਧੀਆ ਰਾਜ ਸੀ ਤੁਹਾਡਾ, ਇੰਨਾ ਸਾਰਾ ਕੁਛ ਠੀਕ ਚੱਲ ਰਿਹਾ ਸੀ, ਉਹਦੇ 'ਚ ਮੇਰੀ ਪੁੱਛ ਪ੍ਰਤੀਤ ਨਹੀਂ ਸੀ। ਅਤੇ ਮੈਨੂੰ ਲੱਗਿਆ ਕਿ ਜੋ ਨੇਕੀ ਹੈ, ਨੇਕੀ ਦੀ ਪਹਿਚਾਣ ਤਾਂ ਹੈ ਜੇ ਉਹਦੇ ਸਾਹਮਣੇ ਕੋਈ ਟੱਕਰਦੇ ਹੋਵੇ, ਨਹੀਂ ਨੇਕੀ ਨੂੰ ਕੌਣ ਪੁੱਛਦਾ? ਇਸ ਕਰਕੇ ਨੇਕੀ ਦੀ ਪਹਿਚਾਣ ਕਰਾਉਣ ਲਈ, ਚੰਗੇ ਦੀ ਪਹਿਚਾਣ ਕਰਾਉਣ ਦੇ ਲਈ ਇਹ ਕੜੀ ਘੋਲਣ ਦੀ ਜ਼ਰੂਰਤ ਸੀ। ਮੈਂ ਕੜੀ ਘੋਲੀ ਹੈ। ਅਤੇ ਉਹ ਅੱਗੇ ਹੋਰ ਵੀ ਖੋਲ੍ਹਦਾ, ਪਰ ਇੰਨੀ ਕੁ ਗੱਲ ਦੱਸਦਾ ਅੱਗੇ ਤਾਂ ਕਹਿੰਦਾ ਉਹ ਕਿ ਜਿੱਥੇ ਜਿੱਥੇ ਬਲੀ ਪੈਦਾ ਹੋਊਗੀ ਉੱਥੇ ਉੱਥੇ ਮੈਂ ਜਨਮ ਲਾਊਂਗਾ, ਮੈਂ ਰੱਬ, ਮੈਂ ਇੱਦਾਂ ਕਰ ਦੂੰਗਾ, ਉੱਦਾਂ ਕਰ ਦੂੰਗਾ, ਸਾਰਾ ਕੁਛ ਉਹਦੇ 'ਚ ਗੀਤਾ 'ਚ ਮਿਲਦਾ ਸਾਨੂੰ। ਅਤੇ ਕਹਿੰਦਾ ਵੀ ਬੜਾ ਵੱਡਾ ਧੋਖਾ ਦਿੱਤਾ ਤੂੰ, ਤੂੰ ਸਾਡੇ ਨਾਲ ਰਹਿ ਕੇ। ਹੁਣ ਸਿਸਟਮ ਦੀ ਗੱਲ ਦੱਸ ਰਿਹਾ, ਉਹਦੇ 'ਚੋਂ ਲੱਭ ਕੇ ਗੀਤਾ 'ਚੋਂ, ਬਿਲਕੁਲ ਨਾਲ ਨਾਲ ਚੱਲ ਰਿਹਾ, ਨਾਲ ਰਹਿ ਰਿਹਾ, ਉਹਨੂੰ ਖਾਣ ਪੀਣ ਲਈ ਉਹਦਾ ਆਦਰ ਸਤਿਕਾਰ ਇੰਨਾ ਕ੍ਰਿਸ਼ਨ ਦਾ ਉੱਥੇ ਉਸ ਰਾਜ ਦੇ ਵਿੱਚ, ਉਹੀ ਉਹਨਾਂ ਦੇ ਨਾਲ ਇੰਨਾ ਵੱਡਾ ਧੋਖਾ ਕਰਕੇ ਉਹਨਾਂ ਨੂੰ ਲੜਾਉਂਦਾ ਆਪਸ ਦੇ ਵਿੱਚ। ਉਹ ਕਹਿੰਦਾ ਵੀ ਮੈਂ ਨਹੀਂ ਲੜਦਾ ਅਰਜੁਨ। ਕਹਿੰਦਾ ਨਹੀਂ ਲੜੇਗਾ ਤਾਂ ਕਾਇ ਰਖਵਾਏਗਾ। ਕਹਿੰਦਾ ਜੇ ਲੜਾਂਗਾ ਫਿਰ ਮਾਰਿਆ ਵੀ ਤਾਂ ਜਾਵਾਂਗਾ, ਕਿੰਨੀ ਵੱਡੀ ਫੌਜ ਹੈ। ਉਹ ਕਹਿੰਦਾ ਸਵਰਗ ਲੋਕ ਪ੍ਰਾਪਤ ਹੋਗਾ। ਕਹਿੰਦਾ ਜੇ ਬਚ ਗਿਆ ਤਾਂ ਰਾਜ ਮਿਲੇਗਾ। ਦੇਖੋ ਫਸਾਇਆ ਉਹਨੂੰ ਕਿੱਥੇ ਲਿਆ ਕੇ ਉਹਨੇ। ਸਿਸਟਮ ਜਿਹੜਾ ਹੈ, ਚਾਣਕਿਆ ਨੇ ਗੀਤਾ ਵਾਲਾ ਹੀ ਫੋਲੋ ਕੀਤਾ, ਅਤੇ ਇਹ ਜਿਹੜਾ ਮੌਜੂਦਾ ਸਿਸਟਮ ਹੈ ਭਾਰਤ ਦਾ, ਉਹ ਚਾਣਕਿਆ ਨੂੰ ਫੋਲੋ ਕਰ ਰਿਹਾ। ਅਤੇ ਸਾਨੂੰ ਉਸ ਮੁਹਾਜ਼ 'ਤੇ ਤੜਫਾ ਤੜਫਾ ਕੇ ਸਾਹਮਣੇ ਖੜ੍ਹਾ ਕਰਕੇ ਉਹ ਮਾਰੂਗਾ ਜੇ ਅਸੀਂ ਗੁਰੂ ਦੇ ਲੜ ਨਾ ਲੱਗੇ, ਕਿਉਂਕਿ ਇਹ ਕਾਟ ਹੈ ਵੱਡੇ ਵੱਡੇ ਗ੍ਰੰਥਾਂ ਦੀ, ਵੱਡੇ ਵੱਡੇ ਉਪਨਿਸ਼ਦਾਂ ਦੀ। ਇਹਦੇ 'ਚ ਉਹ ਸਾਰਾ ਕੁਛ ਮਿਲਦਾ ਜਿੱਥੇ ਤੁਸੀਂ ਬਦੀ ਦੇ ਉੱਤੇ ਜਿੱਤ ਹਾਸਲ ਕਰ ਸਕਦੇ ਹੋ, ਤੁਸੀਂ ਆਪਣਾ ਰਾਜ ਸਥਾਪਿਤ ਕਰ ਸਕਦੇ ਹੋ, ਤੁਸੀਂ ਖੜ੍ਹੇ ਹੋ ਸਕਦੇ ਹੋ, ਤੁਸੀਂ ਮਨੁੱਖੀ ਹੱਕਾਂ ਦੀ ਗੱਲ ਕਰ ਸਕਦੇ ਹੋ, ਤੁਸੀਂ ਔਰਤ ਦੇ ਹੱਕਾਂ ਦੀ ਗੱਲ ਕਰ ਸਕਦੇ ਹੋ, ਤੁਸੀਂ ਆਪਣੇ ਜੀਵਨ ਦੀ ਗੱਲ ਕਰ ਸਕਦੇ ਹੋ, ਤੁਸੀਂ ਰੱਬ ਨੂੰ ਪਾਉਣ ਦੀ ਗੱਲ ਕਰ ਸਕਦੇ ਹੋ। ਸੰਪੂਰਨ ਰੂਪ ਦੇ ਵਿੱਚ ਜੀਵਨ ਜਾਚ ਹੈ, ਕੋਈ ਦੁਖੀ ਬੰਦਾ ਆ ਜਾਵੇ ਗੁਰੂ ਘਰ, ਕਿਸੇ ਨਵੇਂ ਜੋੜੇ ਦਾ ਵਿਆਹ ਹੁੰਦਾ ਉਹ ਵੀ ਆਇਆ ਹੁੰਦਾ, ਕਿਸੇ ਦੇ ਘਰ ਬੱਚਾ ਜਨਮ ਲੈਂਦਾ ਉਹ ਵੀ ਆਇਆ ਹੁੰਦਾ, ਅਤੇ ਕਿਸੇ ਦਾ ਕੋਈ ਵਿਛੋੜਾ ਦੇ ਕੇ ਗਿਆ ਵੀ ਹੁੰਦਾ ਇਸ ਦੁਨੀਆਂ ਤੋਂ, ਉਹ ਸੰਸਕਾਰ ਕਰਕੇ ਸਿੱਧਾ ਗੁਰਦੁਆਰੇ ਆਉਂਦੇ ਨੇ, ਤਾਜ਼ਾ ਤਾਜ਼ਾ ਸਦਮਾ ਪਹੁੰਚਿਆ ਹੁੰਦਾ। ਹੁਣ ਵਾਕ ਤਾਂ ਇੱਕੋ ਹੀ ਆਉਣਾ ਜਦੋਂ ਗ੍ਰੰਥੀ ਸਿੰਘ ਨੇ ਲੈਣਾ। ਤੁਸੀਂ ਸੋਚ ਕੇ ਦੇਖਿਓ ਸਾਰੇ, ਕਦੇ ਉਹ ਸਾਰਿਆਂ ਨੂੰ ਦੀ ਮਾਨਸਿਕ ਜਿਹੜੀ ਭੁੱਖ ਆ ਉਹਨੂੰ ਸੰਤੁਸ਼ਟ ਕਰਦਾ ਹੁੰਦਾ। ਉਹ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ 'ਚ? ਸੋ ਸਾਨੂੰ ਵਿਚਾਰਨੀ ਚਾਹੀਦੀ ਹੈ ਇਹ ਗੱਲ। ਇਸੇ ਕਰਕੇ ਉਹ ਇਹਦਾ ਦੁਸ਼ਮਣ ਹੈ, ਕਿਉਂਕਿ ਇਹਦੇ 'ਚ ਉਹ ਤਾਕਤ ਹੈ, ਇੰਨੀ ਸਮਰੱਥਾ ਹੈ ਕਿ ਇਹਦੇ 'ਚ ਸਾਨੂੰ ਸਾਰਾ ਕੁਛ ਲੱਭਦਾ। ਸਾਡੀ ਮਾਨਸਿਕ ਸੰਤੁਸ਼ਟੀ ਹੈ ਇਹਦੇ 'ਚ, ਸਾਡੀ ਸਰੀਰਕ ਸੰਤੁਸ਼ਟੀ ਹੈ, ਸਾਡਾ ਘਰ ਵੀ ਬਣਦਾ ਇਹਦੇ 'ਚ, ਸਾਨੂੰ ਰਾਜਨੀਤਿਕ ਸੇਧ ਵੀ ਮਿਲਦੀ ਹੈ। ਇਸ ਨੂੰ ਰੋਕਣ ਲਈ ਉਹ ਵਾਰ ਵਾਰ ਅਸੀਂ ਦੇਖਦੇ ਹਾਂ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਹੁੰਦੀ ਹੈ, ਹੋਰ ਕਿਸੇ ਗ੍ਰੰਥ ਦੀ, ਧਾਰਮਿਕ ਜਿਹੜੇ
ਹੋਰ ਵੇਦ ਨੇ ਜਾਂ ਹੋਰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਨਹੀਂ ਹੋਣੀ ਚਾਹੀਦੀ ਕਿਸੇ ਦੀ ਵੀ, ਪਰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੁੰਦੀ ਹੈ? ਇਸੇ ਕਰਕੇ ਹੁੰਦੀ ਹੈ, ਇਹ ਕਾਰਨ ਨੇ, ਇਹ ਕਾਰਨ ਨੇ। ਇਹੋ ਹੀ ਕੋਸ਼ਿਸ਼ ਵੀ ਹੈ ਲਗਾਤਾਰ ਕਿ ਤੁਸੀਂ ਸਿਰ ਝੁਕਾਓ, ਦਰਸ਼ਨ ਨਾ ਕਰੋ ਗੁਰੂ ਦੇ। ਦਰਸ਼ਨ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਕਿ ਦਰਸ਼ਨ ਕਰਨਾ ਚਾਹੀਦਾ ਸਾਨੂੰ, ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਜਿਹੜੇ ਸਿੱਖ ਸਿੱਖ ਦੇ ਘਰ ਜਨਮ ਲਿਆ ਜਾਂ ਜਿਹੜਾ ਜਿਹੜਾ ਸਿੱਖਣਾ ਚਾਹੁੰਦਾ, ਜਿਹਨੇ ਸਿੱਖ ਦੇ ਘਰ ਜਨਮ ਨਹੀਂ ਵੀ ਲਿਆ, ਉਹਨੂੰ ਇੱਕ ਵਾਰੀ ਪਾਠ ਜ਼ਰੂਰ ਕਰਨਾ ਚਾਹੀਦਾ ਆਪਣੇ ਜਿਉਂਦੇ ਜੀ, ਅਤੇ ਉਹ ਸੱਚਮੁੱਚ ਫਿਰ ਜਾਂਦਾ ਜਾਂਦਾ ਮਰਨ ਲੱਗਿਆ ਵੀ ਸਿੱਖ ਕਹਾਉਣ ਦਾ ਹੱਕਦਾਰ ਜ਼ਰੂਰ ਹੋਊਗਾ। ਸੋ ਬਹੁਤ ਗੱਲਾਂ ਕਰਨੀਆਂ ਸਨ, ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰ ਲਈਏ, ਕਿਸੇ ਦਾ ਕੋਈ ਸਵਾਲ ਹੋਵੇ ਤਾਂ ਉਹ ਵੀ ਪੁੱਛ ਸਕਦਾ, ਅਤੇ ਆਪਾਂ ਕਰ ਸਕਦੇ ਹਾਂ ਅਤੇ ਸਵਾਲ ਜਵਾਬ ਵੀ ਕਰ ਸਕਦੇ ਹਾਂ। ਅਤੇ ਮੈਂ ਅੱਜ ਲੈਕਚਰ ਤਾਂ ਹੀ ਨਹੀਂ ਕੀਤਾ ਬਈ, ਮੈਂ ਗੱਲਬਾਤ ਦੇ ਉਹਦੇ 'ਚ ਸੀਗਾ। ਅਜਮੇਰ ਸਿੰਘ ਬਾਰੇ ਸਵਾਲ ਸੀ ਜੀ, ਤੁਹਾਨੂੰ ਪਤਾ ਨਾ ਪਿਛਲੇ 7 ਸਾਲ ਉਹਨਾਂ ਦੀ ਇੰਟਰਵਿਊ ਆਈ ਸੀ ਯਾਦਵਿੰਦਰ ਸਿੰਘ ਨਾਲ, ਹਾਂਜੀ, ਉਹਨਾਂ ਦੇ ਵਿੱਚ ਉਹਨਾਂ ਨੇ ਖਾਲਿਸਤਾਨ ਬਾਰੇ ਟਿੱਪਣੀ ਕੀਤੀ ਸੀ, ਅਤੇ ਅੱਜ ਤੱਕ ਸਾਨੂੰ ਉਹਦੇ ਬਾਰੇ ਕਲੀਅਰ ਨਹੀਂ ਹੋ ਪਾਇਆ ਵੀ ਉਹ ਕਿਹੜੇ ਐਂਗਲ ਤੋਂ ਕੀਤੀ ਸੀ ਟਿੱਪਣੀ, ਵੀ ਖਾਲਿਸਤਾਨੀ ਅਤੇ ਕਾਮਰੇਡ ਇੱਕੋ ਸਿੱਖੇ ਦੇ ਦੋ ਪਹਿਲੂ ਨੇ, ਉਹ ਕਿਹੜੇ ਐਂਗਲ ਤੋਂ, ਜਾਂ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਜ਼ਿਆਦਾ ਮਿਲਦੇ ਹੋ, ਅਸੀਂ ਕਦੇ ਡਾਇਰੈਕਟਲੀ ਟੱਚ 'ਚ ਨਹੀਂ ਹੁੰਦੇ ਉਹਨਾਂ ਦੇ। ਨਹੀਂ, ਉਹ ਸਿੱਧਾ ਜਿਹਾ ਜਵਾਬ ਹੈ, ਇਹਦਾ ਕੋਈ ਬਾਹਲੇ ਗੁੰਝਲ ਨਹੀਂ ਹੈਗੇ ਇਹਦੇ 'ਚ। ਹਾਂਜੀ, ਤੁਸੀਂ 2, 3, 4, 5, 10 ਦੇਖੋ ਖਾਲਿਸਤਾਨੀ, ਅਤੇ ਉਹਨਾਂ 'ਚ ਇਹ ਦੇਖੋ ਵੀ ਇੰਟੈਲੀਜੈਂਟ ਕਿਹੜਾ ਸਭ 'ਚ ਸਭ ਤੋਂ, ਤੁਸੀਂ ਉਹਦੇ ਨਾਲ ਗੱਲ ਕਰ ਲਓ, ਬਿਠਾਓ ਉਹਨੂੰ, ਦੱਸ ਪੁੱਛੋ ਵੀ ਕੀ ਹੈਗਾ, ਹੈ ਨਾ ਸਾਰਾ ਕੁਛ, ਠੀਕ ਹੈ ਨਾ। ਸਾਡੇ ਕੋਲ ਗੁਰੂ ਮਤ ਹੈ, ਗੁਰੂ ਮਤ ਸਾਡੇ ਕੋਲ ਇੱਕ ਇਹੋ ਜਿਹਾ ਰੂਹਾਨੀ ਅਤੇ ਰੱਬੀ ਉਹ ਹੈ, ਇੱਕ ਕਹਿ ਸਕਦੇ ਹਾਂ ਕਿ ਆਧਾਰ ਹੈ, ਜਿਹਦੇ 'ਤੇ ਅਸੀਂ ਕਈ ਪੁੱਛਦੇ ਨੇ ਕਿ ਕਿਹੜੀ ਕਿਤਾਬ ਵਧੀਆ ਜੀ ਇਤਿਹਾਸ ਦੀ, ਜਦੋਂ ਮੈਂ ਕਹਿੰਦਾ ਕਿਤਾਬਾਂ ਪੜ੍ਹਿਆ ਕਰੋ ਜੀ, ਕਿਹੜੀ ਪੜ੍ਹੀਏ। ਗੁਰੂ ਮਤ ਇੱਕ ਇਹੋ ਜਿਹਾ ਆਧਾਰ ਹੈ ਕਿਸੇ ਵੀ ਇਤਿਹਾਸ ਨੂੰ ਅਤੇ ਕਿਤਾਬ ਨੂੰ ਜਾਂ ਸਾਹਿਤ ਨੂੰ ਪਰਖਣ ਦਾ, ਉਹ ਆਪਣੇ ਆਪ ਪਰਖਿਆ ਜਾਂਦਾ, ਠੀਕ ਹੈ ਨਾ। ਮਸਲਨ ਦੌਲਤ ਰਾਏ ਦੀ ਕਿਤਾਬ ਹੈ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ, ਬਹੁਤ ਵੱਡੀ ਗਿਣਤੀ 'ਚ ਉਹਨਾਂ ਨੇ ਵੰਡੀ, 50 ਲੱਖ ਦੇ ਕਰੀਬ ਫ੍ਰੀ ਵੰਡੀ ਹੈ ਉਹਨਾਂ ਨੇ ਦੁਸ਼ਮਣ ਨੇ ਤੁਹਾਡੇ ਨੇ, ਬਹੁਤ ਵਧੀਆ ਲਿਖੀ ਗਈ ਹੈ ਸਾਰੀ ਕਿਤਾਬ, ਪੜ੍ਹੋ ਕੁਛ ਨਹੀਂ ਪਤਾ ਲੱਗਦਾ ਤੁਹਾਨੂੰ, ਬਰੀਕੀ ਨਾਲ ਪੜ੍ਹੋ। ਉਹਦੇ 'ਚ ਰਾਸ਼ਟਰਪਤੀ ਬਣਾ ਕੇ ਪੇਸ਼ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਨੂੰ। ਹੁਣ ਗੁਰੂ ਮਤ ਦਾ ਜਿਹੜਾ ਆਧਾਰ ਸਾਨੂੰ ਗੁਰੂ ਦੇ ਗਿਆ, ਹੁਣ ਉਹਦੇ 'ਤੇ ਖਰੀ ਨਹੀਂ ਉਤਰਦੀ, ਉਹ ਸਪਸ਼ਟ ਹੋ ਗਈ ਨਾ। ਹੁਣ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਓ, ਜੇ ਤਾਂ ਖਾਲਿਸਤਾਨੀ ਗੁਰੂ ਮਤ ਦੇ ਆਧਾਰ ਨਾਲ ਖਰੇ ਉਤਰਦੇ ਨੇ ਜਾਂ ਜਿਹੜੇ ਆਪਾਂ ਵਿਚਾਰ ਵਟਾਂਦਰੇ ਕਰ ਰਹੇ ਹਾਂ, ਠੀਕ ਹੈ ਨਾ, ਫਿਰ ਤਾਂ ਸਲਾਮ ਆ ਉਹਨਾਂ ਨੂੰ, ਨਾਲ ਆਪਾਂ ਉਹਨਾਂ ਦੇ, ਹੈ ਨਾ। ਜੇ ਕਿਤੇ ਇੱਦਾਂ ਦੀ ਗੱਲ ਲੱਗਦੀ ਹੈ ਕਿ ਜਿਵੇਂ ਆਧਾਰ ਤੋਂ ਟੁੱਟਦੇ ਨੇ, ਕਿਤੇ ਅਜਿਹੀ ਗੱਲ ਲੱਗਦੀ ਹੈ ਕਿ ਉਹ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੀਆਂ ਜਾਂ ਸਿੱਖਾਂ ਦੇ ਜਜ਼ਬਾਤ ਨੇ ਜਿਹੜੇ, ਖਾਸ ਕਰਕੇ 73 ਨੂੰ ਲੈ ਕੇ ਵੀ ਅਤੇ ਮਾਨਸਿਕ ਵੀ, ਜੇ ਉਹਨਾਂ ਦੇ ਖਰੇ ਨਹੀਂ ਉਤਰਦੇ ਹੈਗੇ, ਫਿਰ ਹੋ ਸਕਦਾ ਉਹ ਠੀਕ ਹੋਣ, ਫਿਰ ਅਜਮੇਰ ਸਿੰਘ ਠੀਕ ਨੇ, ਸਮਝ ਗਏ ਜਾਂ ਮਤਲਬ?